ਜੇ ਬੁੜੀਆਂ ਉਹਦਾ ਹੱਕ ਮੰਗਣ ਲੱਗ ਗਈਆਂ ਤਾਂ ਕਹਿੰਦੇ ਬੁੜੀਆਂ ਵਿਗਾੜਤੀਆਂ, ਉਹਦਾ ਕੀ ਕਸੂਰ ਹੈ ਵਿਚਾਰੇ ਦਾ? ਹੋਰ ਵੀ ਜੱਸੇ ਕੀ ਹਾਲ ਹੈ? ਠੀਕ ਹੈ ਬਾਈ, ਠੀਕ ਹੈ, ਤੁਸੀਂ ਦੱਸੋ? ਠੀਕ ਹੈ ਬਾਈ, ਅਸੀਂ ਵੀ ਠੀਕ ਹਾਂ। ਜੱਸੇ ਦਾ ਪਰਿਵਾਰ ਵੀ ਬੁੱਝੜੀ ਯਾਰ। ਸਹੀ ਗੱਲ ਆ ਯਾਰ, ਹਨਾ। ਉੱਤੋਂ ਨੂੰ ਘਰ ਵਾਲੀ ਵੀ ਇਹੋ ਜਿਹੀ ਮਿਲ ਗਈ ਯਾਰ, ਉਹ ਵੀ ਮੈਨੂੰ ਸਿੱਧੀ ਜਿਹੀ ਲੱਗਦੀ ਆ। ਹੋਰ ਮੈਨੂੰ ਤਾਂ ਇੰਨਾ ਹੀ ਟੱਬਰ ਤਾਂ ਹੈਰਾਨੀ ਆ, ਪਤੰਦਰਾਂ ਹਜੇ ਤੱਕ ਮੋਬਾਇਲ ਨਹੀਂ ਲਿਆ। ਨਾ ਨਾ, ਇਹਨਾਂ ਨੇ ਕੀ ਲੈਣਾ ਸੀ ਮੋਬਾਈਲ, ਇਹਨਾਂ ਨੇ ਤਾਂ ਸਾਰੀ ਉਮਰ ਸਾਈਕਲ 'ਤੇ ਕੱਢਤੀ। ਫਿਰ ਮੇਰੇ ਤਾਏ ਨੇ ਇਹਨੂੰ ਕਿਹਾ ਵੀ ਜੱਸਿਆ ਘੱਟੋ ਘੱਟ ਮੋਟਰਸਾਈਕਲ ਤਾਂ ਲੈ ਲਾ ਯਾਰ। ਫਿਰ ਕਿਤੇ ਜਾ ਕੇ ਇਹਨੇ ਮੋਟਰਸਾਈਕਲ ਲਿੱਤਾ, ਜਿੰਨਾ ਚਿਰ ਇਹਨਾਂ ਨੂੰ ਕੋਈ ਕਹੇ ਨਾ ਇਹ ਕੋਈ ਚੀਜ਼ ਨਹੀਂ ਲੈਂਦੇ। ਸਹੀ ਗੱਲ ਆ ਬਾਈ ਤੇਰੀ। ਹਾਂ ਮੈਂ ਪਹਿਲਾਂ ਵੀ ਸੁਣਿਆ ਇੱਕ ਦੋ ਜਣਿਆਂ ਤੋਂ ਇਹ ਬੰਦੇ ਆਈ ਨੇ। ਹਾਂ ਮੈਨੂੰ ਤਾਂ ਕਿੱਦਾਂ ਦਾ ਪਤਾ। ਫੜਾਇਆ ਪੁੱਤ ਕਮੇਟੀ ਭੂਰੀ ਨੂੰ? ਫੜਾਇਆ ਬੇਬੇ। ਮੈਂ ਤਾਂ ਸੋਚੀ ਜਾਂਦੀ ਸੀ ਮੈਂ ਪਤਾ ਨਹੀਂ ਜੱਸਾ ਕਿੱਥੇ ਖੜ ਗਿਆ, ਟਾਈਮ ਬਾਵਾ ਹੀ ਲਾਇਆ ਪੁੱਤ ਤੂੰ। ਟਾਈਮ ਤਾਂ ਲੱਗਣਾ ਹੀ ਸੀਗਾ, ਟਾਈਮ ਲੱਗੇ ਨਾ। ਉਹ ਭੂਰੀ ਕਿਹੜਾ ਘਰੇ ਖੜਦੀ ਹੈ, ਚਾਚੀ ਦੀ ਆਦਤ ਹੈਗੀ, ਤੈਨੂੰ ਪਤਾ ਤਾਂ ਹੈਗਾ ਗਾਹਾਂ ਹੈ ਨਾ ਘਰੇ। ਜਦੋਂ ਆਂਢੀਆਂ ਗੁਆਂਢੀਆਂ ਨੂੰ ਪੁੱਛਿਆ ਕਹਿੰਦੇ ਸੋਨੀ ਕੇ ਗਈ ਹੈ, ਫਿਰ ਸੋਨੀ ਕੇ ਗਿਆ ਮਗਰ ਉੱਥੇ ਗਿਆ। ਮੈਂ ਕਿਹਾ ਲੈ ਫੜ ਚਾਚੀ ਕਮੇਟੀ, ਮੈਂ ਤੂੰ ਘਰੇ ਤਾਂ ਰਹਿਣਾ ਸੀਗਾ, ਤੈਨੂੰ ਪਤਾ ਹੈ ਜਦੋਂ ਵੀ ਤੜਕੇ ਕਮੇਟੀ ਫੜਾਉਣ ਆਉਣਗੇ। ਹੋਰ ਆਈ ਹੈ ਭੂਰੀ ਦਾ ਸੁਭਾਅ, ਘਰੇ ਤਾਂ ਮਿਲਦੀ ਹੈਗੀ। ਕਹਿੰਦੀ ਕਿ ਤੁਸੀਂ ਫੋਨ ਕਰ ਦੇਣਾ ਸੀਗਾ, ਲੈ ਤੁਹਾਡੇ ਕੋਲ ਨੰਬਰ ਤਾਂ ਹੈਗਾ। ਕਹਿੰਦੀ ਮੈਂ ਕਿਹਾ ਫੋਨ ਦੱਸ ਤੈਨੂੰ ਅਸੀਂ ਕਿੱਥੋਂ ਕਰ ਲਈਏ। ਉਹੀ ਤਾਂ ਗੱਲ ਹੈ, ਫਿਰ ਕੀ ਕਹਿੰਦੀ? ਕਹਿਣਾ ਕੀ ਤੀ? ਕਹਿੰਦੀ ਫੋਨ ਕਰਕੇ ਆਇਆ ਕਰੋ। ਫੋਨ ਕਹਿੰਦੇ ਅਸੀਂ ਤੈਨੂੰ ਕਿੱਥੋਂ ਕਰ ਲਈਏ ਜਦੋਂ ਸਾਡੇ ਕੋਲ ਫੋਨ ਹੈ ਹੀ ਨਹੀਂ। ਉਹੀ ਤਾਂ ਗੱਲ ਹੈ। ਨਾਲੇ ਮੈਂ ਤਾਂ ਐਂ ਕਹਿੰਦੀ ਜੱਸੇ ਵੀ ਆਪਾਂ ਨੂੰ ਇੱਕ ਅੱਧਾ ਫੋਨ ਤਾਂ ਲੈਣਾ ਹੀ ਪਊਗਾ, ਲੈ ਲੈ ਤੂੰ। ਫੋਨ ਤਾਂ ਲੈ ਲਾਂਗੇ ਬੇਬੇ, ਫੋਨ ਦੀ ਤਾਂ ਗੱਡੀ ਗੱਲ ਹੈ। ਮੈਨੂੰ ਕਿਸੇ ਨੇ ਅੱਜ ਤੱਕ ਕਿਹਾ ਹੀ ਨਹੀਂ ਹੈਗਾ ਵੀ ਜੱਸੇ ਤੂੰ ਫੋਨ ਰੱਖ ਲੈ, ਨਹੀਂ ਤਾਂ ਫੋਨ ਤਾਂ ਮੈਂ ਜੇ ਕੋਈ ਕਹਿ ਦਿੰਦਾ ਲੈ ਵੀ ਲੈਂਦਾ ਫੋਨ ਦੀ ਤਾਂ ਗੱਡੀ ਗੱਲ ਤੇ। ਹਾਂ ਉਹੀ ਤਾਂ ਗੱਲ ਹੈ, ਆਪਾਂ ਨੂੰ ਅੱਜ ਤੱਕ ਕਿਸੇ ਨੇ ਕਹੀ ਨਹੀਂ ਹੈਗਾ। ਮੇਰੀ ਗੱਲ ਸੁਣ ਬੇਬੇ, ਮੈਨੂੰ ਪਿੰਦੂ ਦੀ ਬਹੂ ਵੀ ਕਹਿੰਦੀ ਵੀ ਘੱਟੋ ਘੱਟ ਤੁਸੀਂ ਇੱਕ ਫੋਨ ਤਾਂ ਰੱਖੋਗੇ ਨਹੀਂ ਘਰੇ, ਲੈ ਕੇ 100 ਲੋੜ ਪੈਂਦੀ ਹੈ ਫੋਨ ਦੀ। ਕਹਿੰਦੀ ਕੁੜੇ ਸਿਰ ਫੋਨ ਬਿਨਾਂ ਕਿਵੇਂ ਸਰਦਾ, ਤੁਹਾਡੇ ਘਰੇ ਫੋਨ ਨਹੀਂ ਹੈਗਾ। ਲੈ ਹੁਣ ਤਾਂ ਕਿਸੇ ਨੇ ਆਪਾਂ ਨੂੰ ਕਹੀ ਦਿੱਤਾ, ਹੁਣ ਤਾਂ ਆਪਾਂ ਲੈ ਹੀ ਸਕਦੇ ਹਾਂ ਫੋਨ। ਹਾਂ ਲੈ ਲਾਂਗੇ ਫਿਰ ਫੋਨ ਵਾਲੀ ਤਾਂ ਗੱਡੀ ਗੱਲ ਹੈ, 1500-1600 ਰੁਪਏ ਦਾ ਆਜੂਗਾ ਬਟਨ ਵਾਲਾ ਫੋਨ, ਲੈ ਲਾਂਗੇ ਆਪਾਂ। ਲੈ ਹੁਣ ਜੇ ਲੈਣ ਲਈ ਲੱਗੇ ਆ ਉਹ ਲੈ ਲਓ ਜਿਹੜਾ ਸਮਾਰਟ ਸਮੂਟ ਜਿਹਾ ਹੁੰਦਾ ਫੋਨ, ਉਹ ਲੈ ਲੈਣੇ ਆ। ਕੀ ਕਹਿੰਦੇ ਹੁੰਦੇ ਨੇ ਉਹਨੂੰ, ਸਮਾਰਟ ਹੀ ਕਹਿੰਦੇ ਹੁੰਦੇ ਨੇ? ਕੋਈ ਨਾ ਫਿਰ ਆਪਾਂ ਉਹ ਲੈ ਲੈਂਦੇ ਹਾਂ ਸਮਾਰਟ ਫੋਨ, ਹੈ ਨਾ। ਅਤੇ ਹੋਰ ਨਾਲੇ ਉਹ ਤੋਂ ਬੰਦਾ ਗਾਣੇ ਗੁਣੇ ਸੁਣ ਲੈਂਦਾ ਹੈ, ਤੁਸੀਂ ਮੈਨੂੰ ਫੋਨ ਲੈ ਕੇ ਦੇ ਦਿਓ, ਗੱਲ ਆਪਾਂ ਸਾਰੇ ਜਣੇ ਕਰ ਲਿਆ ਕਰਾਂਗੇ ਉਹਦੇ 'ਤੇ। ਹਾਂ ਠੀਕ ਹੈ ਫਿਰ ਐਂ ਕਰ ਲਾਂਗੇ। ਹਾਂ ਲਿਆ ਦੀ ਪੁੱਤ ਜਿਹੜਾ ਕਹਿੰਦੀ ਹੈ ਇਹ। ਹੋਰ ਵਧੀਆ ਜੀ ਲੈ। ਨਾ ਮੈਂ ਲਿਆ ਦੂੰਗਾ ਮਿੱਤਰ ਕਿਹਾ ਤੋਂ ਲਿਆ ਦੂੰਗਾ ਮੈਂ, ਵਧੀਆ ਕਹਿ ਦੂੰਗਾ, ਵਧੀਆ ਫੋਨ ਦੇ ਦੇ ਸਾਨੂੰ। ਹਾਂ ਵਧੀਆ ਠੀਕ ਰਹਿੰਦਾ ਫਿਰ। ਮਾਨ ਸਹੀ ਆ ਨਹੀਂ ਦੁਕਾਨ? ਮਾਨ ਸਹੀ ਹੈ ਨਾ, ਕਹਿ ਦੂੰ ਮੈਂ ਤਾਂ। ਚੱਲ ਵਧੀਆ ਦੇ ਦੇਣਗੇ ਤਾਂ। ਆ ਗਾਣੇ ਨੇ ਤਾਂ ਨਾ ਦੁਨੀਆ ਕਮਲੀ ਕਰ, ਦੇਖ ਲੈ ਯਾਰ ਕਿੰਨਾ ਮਸ਼ਹੂਰ ਹੋ ਰਿਹਾ ਹੈ ਨਾ ਇਹ ਗਾਣਾ। ਉਂਗਾ ਕਹਿੰਦੇ ਦੇਖ ਲੈ ਕਿਸਮਤ ਹੁੰਦੀ ਹੈ ਬੰਦੇ ਦੀ, ਹੈ ਨਾ, ਕਿੰਨੇ ਚਿਰਾਂ ਬਾਅਦ ਲੋਕਾਂ ਨੇ ਦੇਖ ਲਾ ਆਪ ਗਾਣਾ ਚੱਕ ਲਿਆ ਹੈ। ਕੋਈ ਪਤਾ ਸੀ ਇਹ ਸਿੰਗਰ ਨੂੰ ਵੀ ਕਿਸੇ ਟਾਈਮ ਮੈਂ ਇੰਨਾ ਮਸ਼ਹੂਰ ਹੋ ਜਾਊਂਗਾ? ਸਹੀ ਗੱਲ ਹੈ, ਕਿਸਮਤ ਦਾ ਕੋਈ ਪਤਾ ਨਹੀਂ ਲੱਗਦਾ। ਇੱਕ ਇਹ ਸਾਗਰ ਹੈ, ਇੱਕ ਤੂੰ ਸਾਗਰ ਹੈ, ਦੇਖ ਲੈ ਇਹ ਕਿੱਥੇ ਪਹੁੰਚ ਗਿਆ, ਤੂੰ ਉੱਥੇ ਦਾ ਉੱਥੇ। ਲੈ ਦੱਸ ਗੱਲਾਂ ਦੇਖ ਕਿਹੋ ਜਿਹੀਆਂ ਕਰਦੀ ਹੈ, ਮੈਂ ਕਿਹਦੇ ਵਾਂਗੂ ਗਾਉਣਾ? ਮੈਂ ਸੁਣਿਆ ਤੈਨੂੰ ਵੀ ਸ਼ੌਂਕ ਚੜਿਆ ਸੀ ਗਾਣੇ ਗਾਉਣ ਦਾ, ਤੂੰ ਵੀ ਗਾਣਾ ਕੱਢਿਆ ਸੀ ਕੇਰਾਂ? ਓਏ ਉਹ ਤਾਂ ਕਈ ਸਾਲ ਪਹਿਲਾਂ ਦੀ ਗੱਲ ਹੈ, ਐਵੇਂ ਪੰਗਾ ਜਿਹਾ ਲੈ ਲਿਆ ਸੀ, ਗਾਉਣਾ ਤਾਂ ਆਉਂਦਾ ਨਹੀਂ ਸੀ ਚੱਜ ਨਾਲ, ਐਵੇਂ ਸ਼ੌਂਕ ਜਿਹਾ ਉੱਠ ਖੜਿਆ ਸੀਗਾ ਵੀ ਆਪਾਂ ਵੀ ਗਾਇਕੀ 'ਚ ਮਸ਼ਹੂਰ ਹੋ ਜਾਵਾਂਗੇ। ਉਹ ਤਾਂ ਉਹੀ ਪੈਸੇ ਜੇ ਪੱਟ ਕੇ ਬਹਿ ਗਿਆ ਸੀ ਮੈਂ। ਉਹ ਕਹਿੰਦੇ ਹੁੰਦੇ ਆ ਨਾ ਜਿਸਕਾ ਕਾਮ ਉਸੀ ਕੋ ਸਾਜੇ, ਆਪਾਂ ਨੂੰ ਤਾਂ ਇਹੀ ਕੰਮ ਠੀਕ ਹੈ ਮੈਸਾਂ ਦੇ ਵਪਾਰ ਵਾਲਾ। ਆਹ ਮੈਸਾਂ ਦੇ ਵਪਾਰ 'ਚ ਕਿਹੜਾ ਤੂੰ ਲੱਖਾਂ ਕਮਾਈ ਜਾਂਦਾ? ਉਹ ਜੇ ਲੱਖਾਂ ਨਹੀਂ ਕਮਾਉਂਦਾ, ਆਪਣੇ ਘਰ ਦਾ ਤਾਂ ਗੁਜ਼ਾਰਾ ਵਧੀਆ ਚੱਲੀ ਜਾਂਦਾ, ਤੈਨੂੰ ਤਾਂ ਨਹੀਂ ਕਿਸੇ ਤਰ੍ਹਾਂ ਦੀ ਤੋਟ ਆਉਣ ਦਿੱਤੀ? ਆਹ ਤੋਟ ਆਉਣ ਨੂੰ ਤੂੰ ਗਾਹਾਂ ਮੈਨੂੰ ਸੋਨੇ ਨਾਲ ਲਾ ਦਿੱਤਾ। ਤੈਨੂੰ ਰੋਟੀ ਕੱਪੜਾ ਮਕਾਨ ਮਿਲ ਗਿਆ ਥੋੜ੍ਹਾ,
ਕੋਈ ਨਾ ਜਦੋਂ ਮੈਂ ਵੀ ਮਸ਼ਹੂਰ ਹੋ ਗਿਆ ਸਾਗਰ ਵਾਂਗੂ ਤੈਨੂੰ ਲੱਦ ਦੂੰ ਸੋਨੇ ਨਾਲ। ਕੋਈ ਨਾ, ਨਾ ਤੂੰ ਮਸ਼ਹੂਰ ਹੋਣਾ ਹੈ ਨਾ ਤੂੰ ਲੱਦਣਾ ਸੋਨੇ ਨਾਲ, ਬਸ ਦੇਖੀ ਖੜੀ ਹਾਂ ਮੈਂ। ਓਏ ਮੈਨੂੰ ਨਾ ਕਿਤੇ ਤੈਨੂੰ ਚਪੇੜਿਆਂ ਨਾਲ ਨਾ ਲੱਦਣਾ ਪੈ ਜੇ, ਇਵੇਂ ਮਰੀ ਜਾਂਦੇ ਪਕਾਈ ਜਾਂ ਚਾਹ ਬਣਾ ਕੇ ਲਿਆ ਹੋ ਖੜੀ। ਬੋਲਣ ਯੋਗ ਗਈ ਹੈ ਤੂੰ ਤਾਂ, ਕਿਤੇ ਹੋਰ ਨਾ ਸਾਗਰ ਬਣ ਜੇ, ਬਣਾ ਲਿਆ ਚਾਹ। ਹਾਏ ਹਾਏ ਕਿੰਨਾ ਮਸ਼ਹੂਰ ਹੋਇਆ ਪਿਆ ਇਹ ਗਾਣਾ, ਹਰੇਕ ਜਾਈ ਬੈਠੇ ਇਹੀ ਗਾਣਾ ਸੁਣੀ ਜਾਂਦਾ ਹੈ। ਮੇਰਾ ਤਾਂ ਇਹ ਸੁਣ ਸੁਣ ਕੇ ਜੀ ਕਰਨ ਲੱਗ ਗਿਆ ਵੀ ਡਰਾਈਵਰੀ ਸਿੱਖਾਂ। ਮੈਂ ਤੈਨੂੰ ਕਹਿੰਦੀ ਹਾਂ ਵੀ ਆਪਾਂ ਨਾ ਇੰਡੀਕਾ ਗੱਡੀ ਲੈ ਲਈਏ, ਹੋਰ ਨਾ ਮੈਂ ਸਿੱਖ ਲੂੰਗੀ। ਲੈ ਤੂੰ ਸੂਰੇ ਆ ਕੇ ਪੈ ਗਏ ਹੋਰ ਮਹਾ ਲਾਈਟ ਤਾਂ ਹੈ ਨਹੀਂ ਕਿ ਯਾਰ ਇੱਥੇ ਹਵਾ ਲੱਗਦੀ ਹੈ ਵਧੀਆ। ਹਾਂ ਇਹ ਵੀ ਠੀਕ ਹੈ, ਵਧੀਆ ਕਰਿਆ ਹਵਾ ਬਹੁਤ ਸੋਹਣੀ ਚੱਲਦੀ ਹੈ ਰੇ। ਹੁਣ ਤਾਂ ਕੱਟਿਆ ਕਰਾਂਗੇ ਨਾ ਲਾਈਟ ਦਾ ਦਿਨੇ, ਆ ਤਾਂ ਆਪਣਾ ਵਧੀਆ ਟਾਈਮ ਕਟਾਊਗਾ। ਹੋਰ ਹੁਣ ਹੋਰ ਠੰਡਾ ਹੈ ਤਾਂ ਨਾਲੇ ਕੱਚੇ ਕਰਕੇ। ਹਾਂ ਇਹ ਵੀ ਹੈਗਾ, ਪੱਕੇ ਤਾਂ ਪੜਦਾ ਵਾਰਦੀ ਰਹਿੰਦੀ ਹੈ। ਅਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਮੈਂ ਆਪਾਂ ਗੱਡੀ ਨਾ ਲੈ ਲਈਏ ਇੰਡੀਕਾ। ਇੰਡੀਕਾ? ਹਾਂ ਮੈਨੂੰ ਡਰਾਈਵਰੀ ਸਿੱਖਣ ਦਾ ਵਾਹਲਾ ਚਾਅ ਹੈ, ਵਾਹਲੀ ਸ਼ੌਂਕ ਹੈ। ਤੈਨੂੰ ਡਰਾਈਵਰੀ ਸਿੱਖਣ ਦਾ ਕਿੱਧਰੋਂ ਸ਼ੌਂਕ ਜਾਗ ਪਿਆ? ਮੈਂ ਨਹੀਂ ਸਮਝਾਉਂਦੀ। ਤੈਨੂੰ ਨਹੀਂ ਪਤਾ ਇਹ ਤਾਂ ਗਾਣਾ ਇੰਨਾ ਮਸ਼ਹੂਰ ਹੋ ਰਿਹਾ, ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਹਾਂ ਵੀ ਆਪਾਂ ਵੀ ਇੰਡੀਕਾ ਲੈ ਲਈਏ, ਮੈਂ ਕਾਰ ਚਲਾਉਣੀ ਸਿੱਖਣੀ ਹੈ। ਲੈ ਗੱਲਾਂ ਤਾਂ ਤੇ ਕਰਦੀ, ਮੈਂ ਹੁਣ ਤੇਰੇ ਵਾਸਤੇ ਕਾਰ ਲਿਆਵਾਂ? ਸਿੱਖਣੀ ਹੈ ਨੇ ਕਾਰ ਚਲਾਉਣੀ, ਮੈਂ ਤਾਂ ਮੋਟਰਸਾਈਕਲ ਮਸਾਂ ਲੈ ਕੇ ਆਇਆ ਤੀ। ਬੇ ਮੇਰੀ ਗੱਲ ਸੁਣ, ਇੰਡੀਕਾ ਕਾਰ ਤਾਂ ਸਸਤੀ ਆਉਂਦੀ ਹੈ, ਐਂ ਕਰਦੇ ਹਾਂ ਆਪਾਂ ਮੋਟਰਸਾਈਕਲ ਵੇਚ ਦਿੰਦੇ ਹਾਂ, ਇੰਡੀਕਾ ਕਾਰ ਲੈ ਲੈਂਦੇ ਹਾਂ। ਤੂੰ ਟਿੱਕ ਕੇ ਬਹਿ ਜਾ, ਮੈਥੋਂ ਕੁਛ ਹੋਰ ਨਾ ਸੁਣ ਲਈ, ਲੈ ਆਉਂਦੇ ਹਾਂ ਮੋਟਰਸਾਈਕਲ ਵੇਚ ਕੇ ਕਾਰ। ਗੱਲਾਂ ਤਾਂ ਦੇਖ ਕਰਦੀ, ਮੈਂ ਤਾਂ ਫਿਰ ਮੋਬਾਈਲ ਲੈ ਕੇ ਗਲਤੀ ਕਰੀ, ਇਹਦਾ ਮਤਲਬ ਲੈਣੀ ਨਹੀਂ ਚਾਹੀਦਾ ਤੀ ਮੈਨੂੰ ਤਾਂ। ਲੈ ਮੋਬਾਈਲ ਲੈ ਕੇ ਆਪਾਂ ਨੇ ਕੀ ਗਲਤੀ ਕਰ ਲਈ, ਜਦੋਂ ਕਿਸੇ ਰਿਸ਼ਤੇਦਾਰ ਨੂੰ ਫੋਨ ਲਾਉਣਾ ਹੁੰਦਾ ਮਿੰਟਾਂ ਸਕਿੰਟਾਂ 'ਚ ਲਾ ਲੈਣੇ, ਗੱਲ ਕਰ ਲੈਣੇ ਆਪਾਂ ਸਾਰਾ ਟੱਬਰ ਵਧੀਆ। ਹੈ ਕੀ ਗਲਤੀ ਕਰ ਲਈ ਮੋਬਾਈਲ ਲੈ ਕੇ? ਗਲਤੀ ਉਹ ਕਰ ਲਈ ਮੋਬਾਈਲ ਲੈਣ ਸਾਰਾ ਤੇਰੀ ਨਵੀਂ ਮੰਗ ਸ਼ੁਰੂ ਹੋ ਗਈ, ਅੱਗੇ ਮੈਂ ਇੰਡੀਕਾ ਕਾਰ ਲੈਣੀ ਹੈ। ਹੈ ਕਾਰ ਲੈਣੀ ਹੈ? ਲੈ ਫਿਰ ਕੀ ਹੋ ਗਿਆ, ਮੈਂ ਸਿੱਖਣੀ ਹੈ। ਇਹ ਤਾਂ ਨਹੀਂ ਹੈਗਾ ਵੀ ਇਕੱਲੇ ਬੰਦੇ ਕਾਰਾਂ ਲਈ ਫਿਰਨਾ, ਬੁੜੀਆਂ ਨਹੀਂ ਚਲਾ ਸਕਦੀਆਂ, ਬੁੜੀਆਂ ਦਾ ਕੋਈ ਅਧਿਕਾਰ ਹੈ ਨਹੀਂ। ਲੈ ਦੇਖ ਲੈ ਬੇਬੇ, ਕਾਰ ਤਾਂ ਅਜੇ ਮੈਨੂੰ ਨਹੀਂ ਚਲਾਉਣੀ ਆਉਂਦੀ, ਇਹਨੂੰ ਮੈਂ ਕਿੱਥੋਂ ਸਿੱਖਿਆ ਤੂੰ? ਲੈ ਚਲਾਉਣੀ ਕਿਉਂ ਨਹੀਂ ਆਉਂਦੀ ਹੈਗੀ, ਜਦੋਂ ਆਪਾਂ ਵੱਡੀ ਭੂਆ ਦੇ ਮੁੰਡੇ ਦੇ ਵਿਆਹ ਗਏ ਹਾਂ ਨੰਗਲ, ਉਹ ਤੂੰ ਭਜਾਈ ਤਾਂ ਫਿਰ ਤੇਰੇ ਫੁੱਫੜ ਆਈ ਗੱਡੀ, ਸਾਰੇ ਪਿੰਡ ਤਾਂ ਭਜਾਈ ਫਿਰ ਗਾਹ ਪਾਈ ਫਿਰਦਾ ਤੀਗਾ, ਦੇਖ ਲੈ ਅਜੇ ਗਾਹ ਚਲਾਉਣੀ ਫਿਰਦਾ ਤੀ। ਮੈਨੂੰ ਨਹੀਂ ਆਉਂਦੀ ਤੀ, ਮੈਂ ਤਾਂ ਉਈ ਜੱਕੋ ਤੱਕੀ ਜੀ ਚਲਾਈ ਫਿਰਦਾ ਤੀਗਾ ਸਾਹਿਬ ਜੀ ਨਾਲ ਹੀ। ਅੱਗੇ ਲਈ ਫਿਰਦਾ ਤੀ ਜੱਕੋ ਤੱਕੀ 'ਚ, ਜਾਣ ਕੇ ਝੂਠ ਬੋਲਦਾ, ਤੈਨੂੰ ਐਂ ਐਂ ਵੀ ਇਹਨੂੰ ਕਿਤੇ ਇੰਡੀਕਾ ਨਾ ਲੈ ਕੇ ਦੇਣੀ ਪੈ ਜੇ। ਲੈ ਇੰਡੀਕਾ ਨਾ ਲੈ ਕੇ ਦੇਣੀ ਪੈ ਜੇ ਅੱਗੇ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਗੱਲਾਂ ਕਈਆਂ ਜਾਂ ਕਰੀ ਜਾਂਦੀ ਹੈ ਬੇਬੇ, ਮੈਂ ਕਿੱਥੋਂ ਲੈ ਕੇ ਦੇ ਦਿਆਂ ਇਹਨੂੰ ਇੰਡੀਕਾ? ਅਤੇ ਹੋਰ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਇਹਦੀ ਵੀ, ਲੈ ਇਹਨੂੰ ਕਿੱਧਰੋਂ ਲੈ ਕੇ ਦੇ ਦੀਏ ਗੱਡੀ, ਲੈ ਕਿੱਧਰੋਂ ਸਿੱਧਰੀ ਨੇ ਗੱਡੀ ਵਾਲੀ ਗੱਲ ਫੜ ਲਈ। ਲੈ ਸਿੱਧਰੀ ਵਾਲੀ ਕਿਹੜੀ ਗੱਲ ਹੈ ਬੇਬੇ 'ਚ, ਮੈਂ ਤਾਂ ਇੰਡੀਕਾ ਸਿੱਖਣੀ ਹੈ, ਮੈਨੂੰ ਨਹੀਂ ਪਤਾ। ਲੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿੱਥੋਂ ਇਹਨੇ ਦਿਮਾਗ 'ਤੇ ਗੱਲ ਚਾੜ ਲਈ। ਲੈ ਕਮਾਲ ਹੋ ਗਈ, ਆਪਾਂ ਕਾਰ ਕਿੱਥੋਂ ਲੈ ਲਾਂਗੇ, ਅਕਲ ਤੋਂ ਕੰਮ ਲਈਦਾ ਹੁੰਦਾ ਸੁਖਪਾਲ। ਪਹਿਲੀ ਗੱਲ ਤਾਂ ਤੂੰ ਐਂ ਦੱਸ, ਆਪਣੇ ਪਿੰਡ 'ਚ ਤੈਂ ਦੇਖੀਆਂ ਨੇ ਬੁੜੀਆਂ ਕਾਰਾਂ ਚਲਾਉਂਦੀਆਂ? ਲੈ ਕਮਾਲ ਹੋ ਗਈ ਤੇਰੀ, ਦੁਨੀਆਂ ਚੰਦ 'ਤੇ ਪਹੁੰਚ ਗਿਆ ਸੀ ਤੂੰ ਪਿੰਡ 'ਚ ਤੁਰਿਆ ਫਿਰਦਾ। ਆਹ ਜਿਹੜੀਆਂ ਗਾਣਾਂ 'ਚ ਗੱਲਾਂ ਹੁੰਦੀਆਂ ਨੇ ਆਖਰ ਸੱਚੀ ਹੁੰਦੀਆਂ ਨੇ, ਸਾਗਰ ਦੀ ਵਹੁਟੀ ਵੀ ਇੰਡੀਕਾ ਚਲਾਉਂਦੀ ਹੋਊਗੀ, ਤਾਂ ਹੀ ਉਹਨਾਂ ਨੇ ਗਾਣਾ ਗਾਇਆ, ਉਈਂ ਤਾਂ ਨਹੀਂ ਗਾਇਆ ਹੋਰ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੇਰੇ ਖਾਨੇ 'ਚ ਮੇਰੀ ਗੱਲ ਕਿਵੇਂ ਬੜੂਗੀ। ਮੇਰੀ ਗੱਲ ਸੁਣ ਲੈ, ਨਾ ਤਾਂ ਮੇਰੇ ਕੋਲ ਕਾਰ ਹੈ, ਨਾ ਮੈਂ ਤੈਨੂੰ ਕਾਰ ਸਿਖਾ ਸਕਾਂ। ਤੂੰ ਐਂ ਕਰ, ਮੈਂ ਤਾਂ ਕਹਿੰਦਾ ਤੂੰ ਸਾਗਰ ਦੀ ਬਹੁਟੀ ਤੂੰ ਸਿੱਖ ਲੈ, ਮੈਥੋਂ ਤਾਂ ਹੱਥ ਖੜੇ ਨੇ ਮੇਰੇ ਤਾਂ। ਲੈ ਦੱਸ ਅੱਗੇ ਹੱਥ ਖੜੇ ਨੇ,
ਮੈਂ ਸਾਗਰ ਦੀ ਵੋਟੀ ਤੂੰ ਕਿੱਥੋਂ ਸਿੱਖ ਲਾ? ਆ ਕੇ ਸਿੱਖ ਲੈ ਸਾਗਰ ਦੀ ਵੋਟੀ ਤੋਂ। ਮੈਂ ਜਾਣਾ ਨਾ ਪਛਾਣਾ ਸਾਗਰ ਦੀ ਵੋਟੀ ਨੂੰ, ਜਦ ਮੇਰੀ ਸਾਗਰ ਦੀ ਵੋਟੀ ਨਾਲ ਫਿਰ ਗੱਲ ਕਰਾ ਦੇ, ਮਿਲਾ ਦੇ ਮੈਨੂੰ, ਫਿਰ ਸਿੱਖ ਲੂੰਗੀ ਮੈਂ ਉਹਨੂੰ, ਕਹਿ ਦੂੰਗੀ ਭਾਈ ਗੱਡੀ ਸਿਖਾ ਦੇ ਮੈਨੂੰ ਤਾਂ। ਮੈਂ ਤੈਨੂੰ ਕਿੱਥੋਂ ਮਿਲਾ ਦਿਆ, ਮੈਨੂੰ ਕੀ ਪਤਾ ਕਿੱਥੇ ਕਿਹੜਾ ਕੰਜਰ ਹੈ ਉਹ ਸਾਗਰ, ਕਿਹੜੀ ਉਹਦੀ ਵੋਟੀ ਹੈਗੀ ਜਿਹਨਾਂ ਨੇ ਆਹ ਗਾਣਾ ਕੱਢ ਕੇ ਵਕਤ ਪਾਤਾ, ਬੁੜੀਆਂ ਵਿਗਾੜਤੀਆਂ ਸਾਰੀਆਂ। ਮੈਨੂੰ ਕੀ ਪਤਾ, ਮੈਂ ਕੀ ਜਾਣਦਾ ਗਾ। ਲੈ ਦੱਸ ਲੋਕਾਂ ਦੀਆਂ ਬੁੜੀਆਂ ਕਾਹਦੇ ਵਿਗਾੜਤੀਆਂ? ਜੇ ਬੁੜੀਆਂ ਉਹਦਾ ਹੱਕ ਮੰਗਣ ਲੱਗ ਗਈਆਂ ਤਾਂ ਕਹਿੰਦੇ ਬੁੜੀਆਂ ਵਿਗਾੜਤੀਆਂ, ਉਹਦਾ ਕੀ ਕਸੂਰ ਹੈ ਵਿਚਾਰੇ ਦਾ? ਮੰਗਣ ਲੱਗ ਗਿਆ ਹੱਕ ਇਹ, ਨਾ ਕਾਰ ਸਿੱਖਣ ਵਾਲਾ ਕਿਹੜਾ ਹੱਕ ਹੋਇਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਮੇਰੀ ਗੱਲ ਸੁਣ ਲੈ ਕੰਨ ਖੋਲ੍ਹ ਕੇ, ਮੈਂ ਤਾਂ ਤੈਨੂੰ ਲੈ ਕੇ ਦੇ ਨਹੀਂ ਸਕਦਾ ਕਾਰ, ਉੱਠ ਕੇ ਕੰਮ ਧੰਦਾ ਕਰ ਲੈ ਆਰਾਮ ਨਾਲ, ਮੈਨੂੰ ਹੁਣੇ ਨਾ ਤੈਨੂੰ ਇੰਡੀਕਾ ਲੈ ਕੇ ਦੇਣੀ ਪੈ ਜੇ ਕਿਤੇ, ਐਂ ਹਿਸਾਬ ਲਾ ਲੈ। ਉਹੀ ਤਾਂ ਗੱਲ ਹੈ, ਗੱਲਾਂ ਦੇ ਕਈਆਂ ਹੀ ਕਰਦੀ ਹੈ ਇਹ, ਵੱਡੀ ਸਿਆਣੀ ਨੂੰ ਨਾਲੇ ਕਾਰ ਲੈ ਕੇ ਦਿਓ ਨਾਲੇ ਇਹਨੂੰ ਸਿਖਾਓ। ਗਾਹਾਂ ਡੀਸੀ ਤੈਨੂੰ ਲੱਗੀ ਹੈ ਤੂੰ? ਉਹੀ ਤਾਂ ਗੱਲ ਹੈ, ਜਾ ਤੁਰ ਜਾ ਹੁਣ, ਜਾ ਵਗ ਜਾ, ਉੱਠ ਜਾ। ਚੱਲ ਲੈ ਜਾ ਕੇ ਕੰਮ ਧੰਦਾ। ਵਜਾ ਬੇਬੇ ਰੋਟ ਹੋ ਕੇ ਕਿੱਥੋਂ ਪੰਗਾ ਖੜਾ ਕਰਿਆਗਾ ਫੋਨ ਲੈ ਕੇ। ਆ ਪਿੰਡ 'ਚ ਵੀ ਸੁਣਿਆ ਤੀ ਮੈਂ, ਇਹੀ ਗਾਣਾ ਵੱਜੀ ਜਾਂਦਾ, ਇਹੀ ਵੱਜੀ ਜਾਂਦਾ, ਸੁਣ ਸੁਣ ਕੇ ਗਾਣੇ ਕੀ ਪੰਗੇ ਹੁੰਦੇ ਫਿਰਦੇ ਨੇ, ਮੈਂ ਤਾਂ ਐਂ ਹੈਰਾਨ ਹਾਂ। ਹੋਰ ਐਂ ਕੀ ਪਤਾ ਤੀ ਫਿਰ ਇਹ ਕਾਰ ਮੰਗਣ ਲੱਗ ਜੂਗੀ, ਮੈਂ ਲੈ ਕੇ ਦਿੱਤੀ ਜੀ। ਹੋਰ ਜਬ ਤਾਂ ਆਪ ਹੀ ਖੜਾ ਕਰ ਲਿਆ, ਆਪ ਨਹੀਂ ਖੜਾ ਕਰ ਲਿਆ। ਕਿੱਧਰ ਭੱਗ ਗਈ ਬੇਬੇ ਇਹ, ਮੇਰੀ ਰੋਟੀ ਰੋਟੀ ਲਾਹ ਦੇ, ਮੈਂ ਵੀ ਜਾਣਾ ਤੀ ਖੇਤ 'ਤੇ। ਬੇ ਜਾਣਾ ਕਿੱਧਰ ਹੈ ਪੁੱਤ, ਉਹ ਬੈਠੀ ਹੈ ਮੂੰਹ ਸਜਾਈ, ਪਤਾ ਨਹੀਂ ਕੀ ਹੋਇਆ ਇਹਨੂੰ। ਰੋਟੀ ਲਾ ਦੇ ਯਾਰ, ਮੈਂ ਵੀ ਜਾਣਾ ਫਿਰ ਖੇਤ, ਕੰਮ ਬਹੁਤ ਹੈ, ਛੇਤੀ ਛੇਤੀ ਮੁੰਡੇ ਨਹੀਂ ਜਾਣਾ ਫਿਰ ਮੈਂ। ਮੇਰੇ ਤੋਂ ਲੈਂਦੀ ਹੈਗੀ, ਆਦੀ ਮਾਂ ਤੋਂ ਹਾਲ ਹੈ। ਕਮਾਲ ਹੋ ਗਈ ਯਾਰ ਤੇਰੀ, ਹੈ ਪਹਿਲਾਂ ਚਾਹ ਤੜਕੇ ਬੇਬੇ ਨੇ ਬਣਾਈ ਹੈ, ਤੂੰ ਕਿਉਂ ਨਹੀਂ ਲਾ ਕੇ ਦਿੰਦੀ ਮੈਨੂੰ ਰੋਟੀਆਂ, ਹੋਰ ਦੱਸ ਕੌਣ ਲਾ ਕੇ ਦੇਊ? ਹੈ ਜੇ ਤੂੰ ਮਰਜ਼ੀ ਲਹਾ, ਮੈਂ ਨਹੀਂ ਲਾ ਕੇ ਦੇਣੀਆਂ ਹੈਗੀਆਂ, ਤੂੰ ਮੇਰੀਆਂ ਵਾਲੀਆਂ ਗੱਲਾਂ ਮੰਨਦਾ ਨਾ, ਜਿਹੜੀ ਮੈਂ ਤੈਨੂੰ ਰੋਟੀ ਲਾ ਕੇ ਦੇਵਾਂ। ਲੈ ਯਾਰ ਕਮਾਲ ਹੋ ਗਈ, ਮੈਂ ਤੇਰੀ ਕਿਹੜੀ ਗੱਲ ਨਹੀਂ ਮੰਨੀ, ਐਂ ਤਾਂ ਦੱਸ ਦੇ, ਹੁਣ ਤੂੰ ਇੰਡੀਕਾ ਪਿੱਛੇ ਰੌਲਾ ਪਾ ਕੇ ਬੈਠੀਆਂ ਹੈ ਨਾ? ਹਾਂ। ਦੇਖ ਮੇਰਾ ਐਵੇਂ ਦਿਮਾਗ ਨਾ ਖਰਾਬ ਕਰੀ ਜਾ, ਤੂੰ ਮੈਨੂੰ ਐਂ ਦੱਸ ਮੈਂ ਤੈਨੂੰ ਕਿੱਧਰੋਂ ਲੈ ਕੇ ਦੇ ਦਿਆਂ ਇੰਡੀਕਾ, ਚੁੱਪ ਕਰਕੇ ਨਾ ਜਾ ਕੇ ਰੋਟੀ ਪਕਾ ਦੇ ਮੈਨੂੰ, ਬੰਦੇ ਦਿੱਤੀ ਬਣ ਕੇ, ਇਹ ਮੈਂ ਤੈਨੂੰ ਦੱਸਤਾ। ਆਹੋ ਦਿੰਨੀ ਆ ਮੈਂ ਤੈਨੂੰ ਪਰੌਂਠੇ ਪਕਾ ਕੇ, ਜਾ ਮੈਨੂੰ ਲਾ ਕੇ ਦਿੰਦੀ, ਕਰ ਲੈ ਜਿਹੜਾ ਕੁਝ ਕਰਨਾ ਤੈ, ਲਹਾ ਲੈ ਜਿੱਧਰ ਹੋਣੇ ਨੇ ਮੇਰ ਮਾਰ ਕੇ ਦੇਖ। ਤੜੀ ਜੀ ਕਰਦਾ ਬੇਬੇ, ਤੂੰ ਲਾ ਦੇ ਫਿਰ ਦੋ ਰੋਟੀਆਂ, ਉਹਦਾ ਨਹੀਂ ਲਾ ਕੇ ਦਿੰਦੀ। ਕੋਈ ਗੱਲ ਨਹੀਂ ਪੁੱਤ, ਲਾ ਦਿੰਦੀ ਹਾਂ ਮੈਂ, ਮੈਨੂੰ ਤਾਂ ਉਹਦੀ ਸਮਝ ਨਹੀਂ ਆਉਂਦੀ, ਬਿਨਾਂ ਗੱਲ ਤੁਸੀਂ ਟਿੰਡਰੀ ਫਿਰਦੀ ਹੈ ਲੈ। ਹੋਰ ਕਿੱਧਰੋਂ ਸਿੱਧਰੀ ਮੇਰੇ ਗੱਲ ਪਾਤੀ ਇਹ? ਬੇ ਸਾਨੂੰ ਕੀ ਪਤਾ ਤੀ ਪੁੱਤ, ਦੇਖਣ ਨੂੰ ਤਾਂ ਚੰਗੀ ਭਲੀ ਲੱਗਦੀ ਤੀ, ਇਹ ਤਾਂ ਬਾਅਦ 'ਚ ਪਤਾ ਲੱਗਿਆ ਵੀ ਇਹ 'ਚ ਸਿੱਧਰਾਪਣ ਵੀ ਹੈਗਾ। ਆਹ ਲੱਗਿਆ ਬਾਅਦ 'ਚ ਪਤਾ, ਗੱਲਾਂ ਬਾਤਾਂ ਕਰਕੇ ਦੇਖਣੀਆਂ ਤੀ ਸਮਾਰ ਕੇ, ਐਂ ਕਿਵੇਂ ਲੱਗਣਾ ਤੀ ਤੈਨੂੰ ਪਤਾ, ਐਂ ਲੱਗ ਜਾਂਦਾ ਪਤਾ ਤੈਨੂੰ। ਬੇ ਗੱਲਾਂ ਬਾਤਾਂ ਤਾਂ ਕਰੀਆਂ ਤੀਆਂ, ਵਧੀਆ ਗੱਲਾਂ ਬਾਤਾਂ ਕਰੀ ਗਈ, ਹੁਣ ਸਾਨੂੰ ਕੀ ਬਤਾ ਤੀ, ਐਵੇਂ ਮੇਰਾ ਦਿਮਾਗ ਜਾਣਾ ਨਾਲੇ ਖਾ, ਲਾ ਦਿੰਦੀ ਹਾਂ ਮੈਂ ਰੋਟੀ। ਲਾ ਦੇ ਚੰਗਾ, ਲਾ ਦਿੰਦੀ ਹਾਂ, ਤੈਨੂੰ ਹੀ ਲਾਉਣੀ ਪਊ, ਇਹ ਤੇਰਾ ਖੋਟ ਹੀ ਹੈ, ਕਿਹੜੀਆਂ ਗੱਲਾਂ ਕਰੀਆਂ ਹੋਣਗੀਆਂ ਤੈਂ? ਲਾਉਂਗੀ ਫਿਰ, ਮੇਰਾ ਫੋਟੇ ਲਾ ਦੇ ਤੂੰ। ਹੋਰ ਕਿਸੇ ਨੇ ਗੱਲਾਂ ਤੂੰ ਪੁੱਛੀਆਂ ਹੋਣਗੀਆਂ, ਜਵਾਬ ਕੋਈ ਹੋਰ ਦੇ ਗਿਆ ਹੋਊ, ਉਦੋਂ ਕਿਹਾ ਤੀ ਨਾਲ ਲੈ ਚੱਲੋ, ਨਾਲ ਲੈ ਚੱਲੋ ਮੈਨੂੰ, ਉਹ ਤਾਂ ਲੈ ਕੇ ਨਹੀਂ ਗਏ, ਫਿਰ ਨਾ ਨਾ ਆਪਣੇ ਤਾਂ ਰਿਵਾਜ਼ ਹੈ ਨਹੀਂ ਇਹ। ਬੇਜੱਸੇ
ਮੇਰੀ ਗੱਲ ਸੁਣ, ਇਹਦਾ ਤਾਂ ਕੰਮੀ ਵਾਲਾ ਖਰਾਬ ਹੋ ਰਿਹਾ, ਇਹ ਤਾਂ ਕੋਈ ਕੰਮ 'ਤੇ ਹੱਥ ਨਹੀਂ ਲਾਉਂਦੀ, ਸਾਰੇ ਤਾਂ ਕੱਪੜੇ ਧੋਣ ਵਾਲੇ ਪਏ ਨੇ ਉਵੇਂ, ਹੁਣ ਰੋਟੀ ਟੁੱਕ ਵੀ ਕਏ ਦਿਨ ਹੋ ਗਏ ਮੈਂ ਬਣਾਉਂਦੀ ਹਾਂ, ਹੁਣ ਇੰਨਾ ਕੰਮ ਮੇਰੇ ਤੋਂ ਵੀ ਨਹੀਂ ਹੁੰਦਾ, ਮੇਰੇ 'ਚ ਤਾਂ ਭਾਈ ਆਪ ਨਹੀਂ ਹਿੰਮਤ ਹੈਗੀ ਇੰਨਾ ਕੰਮ ਕਰਨ ਦੀ। ਤੂੰ ਚੁੱਪ ਕਰਕੇ ਨਾ ਇਹਦੇ ਭਾਈ ਨੂੰ ਫੋਨ ਕਰ ਦੇ, ਕਹਿੰਦੇ ਭਾਈ ਤੁਹਾਡੀ ਕੁੜੀ ਐਂ ਕਰਦੀ ਆ, ਆਪਦੀ ਨੂੰ ਸਮਝਾ ਦਿਓ ਆ ਕੇ। ਕੋਈ ਨਾ ਬੇਬੇ, ਕਰਦਾ ਮੈਂ ਇਹਦੇ ਭਾਈ ਨਾਲ ਗੱਲ, ਕੋਈ ਨਾ ਕਰਨੀ ਪਊਗੀ, ਬਣੀ ਕੀ ਫਿਰਦੀ ਆ ਇਹ। ਕਰ ਪੁੱਤ ਫਾੜੇ ਤੋਂ ਫੋਨ, ਕਰ ਇਹਦੇ ਭਾਈ ਨੂੰ ਫੋਨ, ਕਹਿੰਦੇ ਆ ਜਾਓ ਆਪਦਾ, ਸਮਝਾਓ ਇਹਨੂੰ ਆ ਕੇ। ਕਰਦਾ ਮੈਂ, ਕਿੱਥੇ ਬੈਠੀ ਹੁਣ? ਬਰਾਂਡੇ 'ਚ ਬੈਠੀ ਹੈ। ਮੈਂ ਕਰਦਾ, ਬੜਾ ਖਾਧੇ ਯਾਰ। ਪੂਰਾ ਫੜਾ ਹੀ ਫੋਨ। ਤੇਰੇ ਭਾਈ ਨੂੰ ਕਰਿਆ ਤੀ ਫੋਨ, ਉਹਨੂੰ ਕਿਹਾ ਆ ਜਾ ਮਖਿਆ, ਉਹੀ ਇੰਡੀਕਾ ਲੈ ਕੇ ਦੇਣਗੇ ਹੁਣ ਤੈਨੂੰ। ਇਹਨਾਂ ਨੂੰ ਤਾਂ ਜ਼ਰੂਰੀ ਕੰਮ ਸੀ, ਇਹਨਾਂ ਨੇ ਤਾਂ ਬਲਾਡੇ ਜਾਣਾ ਸੀ। ਬੇਬੇ ਸਾਨੂੰ ਪਤਾ ਹੁਣ ਢਿੱਲੀ ਮਿੱਸੀ ਜੀ ਰਹਿੰਦੀ ਹੈ। ਬੇਬੇ ਮੈਨੂੰ ਕਹਿੰਦੀ ਚੱਲ ਤੂੰ ਜਾ ਕੇ ਆ। ਆਹ ਹੁਣ ਕੀ ਚੱਕਰ ਹੋ ਗਿਆ ਬਾਈ, ਆਹ ਕਾਰ ਦਾ ਕੀ ਚੱਕਰ ਹੈ? ਕਾਰ ਦਾ ਕੀ ਚੱਕਰ ਹੋਣਾ ਸੀਗਾ ਭੈਣੇ, ਆਹ ਜਿਹੜਾ ਨਵਾਂ ਜਿਹਾ ਗਾਣਾ ਆਇਆ ਹੁਣ ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਉਹ ਸੁਣ ਲਿਆ ਕਿਤੇ ਇਹਨੇ, ਕਹਿੰਦੀ ਆ ਕਿ ਮੈਨੂੰ ਤਾਂ ਕਾਰ ਲੈ ਕੇ ਦਿਓ, ਨਾਲੇ ਸਿਖਾਓ ਮੈਨੂੰ। ਮਗਰ ਪੈ ਗਈ ਉਦਾਂ ਦੀ ਜਿੱਦਾਂ ਦਾ ਗਾਣਾ ਸੁਣੇ। ਲੈ ਦੱਸ ਇਹ ਕਿਹੋ ਜਿਹੀ ਜਿੱਦ ਹੋਈ ਸੁਖਪਾਲ, ਐਂ ਨਹੀਂ ਕਰੀਂਦਾ ਹੁੰਦਾ, ਗਾਣੇ ਦੇ ਮਾਂਗਰ ਥੋੜ੍ਹਾ ਲੱਗੀਦਾ ਹੁੰਦਾ, ਨਾਲੇ ਹੁਣ ਤੂੰ ਕਾਰ ਸਿੱਖ ਕੇ ਕੀ ਕਰਨਾ? ਲੈ ਆ ਕੇ ਕਾਰ ਸਿੱਖ ਕੇ ਤਾਂ ਕੀ ਕਰਨਾ, ਤੂੰ ਕਈਆਂ ਜਿਹੀਆਂ ਗੱਲਾਂ ਕਰਦੀ ਹੈ ਭਾਬੀ, ਜਦੋਂ ਮੈਨੂੰ ਕਾਰ ਆਉਂਦੀ ਹੋਊਗੀ ਚਲਾਉਣੀ, ਮੈਂ ਕਦੋਂ ਮਰਜ਼ੀ ਤੁਹਾਨੂੰ ਮਿਲਣ ਆ ਜਾ ਕਰੂੰਗੀ, ਬਾਕੀ ਜਦੋਂ ਤੁਸੀਂ ਮੇਰੇ ਕੋਲ ਆਉਣਾ, ਬਸ ਤੁਸੀਂ ਮੈਨੂੰ ਫੋਨ ਮਾਰਤਾ, ਮੈਂ ਭੱਜ ਕੇ ਤੁਹਾਨੂੰ ਜਾ ਕੇ ਕਾਰ 'ਤੇ ਲੈ ਆਇਆ ਕਰੂੰਗੀ। ਹੁਣ ਦੇਖ ਲੈ, ਤੈਨੂੰ ਬੱਸ 'ਤੇ ਆਉਣਾ ਪਿਆ, ਤੜਕੇ ਹੀ ਚੜੀ ਹੋਵੇਗੀ ਦੁਪਹਿਰਾ ਆਇਆ ਪਿਆ ਤੂੰ। ਨਹੀਂ ਰਹਿਣ ਦੇ ਕੋਈ ਗੱਲ ਨਹੀਂ, ਮੈਂ ਤਾਂ ਬੱਸ 'ਤੇ ਠੀਕ ਹਾਂ, ਰਹਿਣ ਦੇ ਤੂੰ ਸਾਨੂੰ ਲਿਆਉਣ ਨੂੰ, ਐਵੇਂ ਕਿਸੇ ਖੂਹ ਟੋਬੇ ਨੂੰ ਸਿੱਧੀ ਕਰ ਦੇਗੀ। ਉਹੀ ਤਾਂ ਗੱਲ ਹੈ। ਲੈ ਭਾਬੀ ਐਂ ਤਾਂ ਨਹੀਂ ਮੈਂ ਖੂਹ ਟੋਬੇ ਨੂੰ ਸਿੱਧੀ ਕਰ ਦੂੰਗੀ, ਪਹਿਲਾਂ ਮੈਂ ਕਾਰ ਚਲਾਉਣੀ ਸਿੱਖੂੰਗੀ, ਕਾਰ ਲਿਆਉਣ ਸਾਰੀ ਤਾਂ ਨਹੀਂ ਤੁਹਾਡੇ ਕੋਲ ਵਗ ਜੂੰਗੀ ਮੈਂ। ਉਹੀ ਗੱਲ ਤਾਂ ਮੈਨੂੰ ਕਹਿਣੀ ਆ ਵੀ ਮੈਨੂੰ ਸਿਖਾ ਦੇ ਡਰਾਈਵਰੀ। ਦੇਖ ਲੈ ਭੈਣੇ ਇਹਦੇ ਮਾੜਾ ਮੋਟਾ ਕਦੋਂ ਦਿਮਾਗ 'ਚ ਪਾ ਗੱਲ, ਮੈਂ ਇਹਨੂੰ ਕਿੱਥੋਂ ਕਾਰ ਲੈ ਕੇ ਦੇ ਦਿਆਂ, ਮੈਂ ਤਾਂ ਮੋਟਰਸਾਈਕਲ ਮਸਾਂ ਲਿਆ ਹੈਗਾ, ਇਹ ਕਾਰਾਂ ਦੀਆਂ ਗੱਲਾਂ ਕਰਦੀ ਹੈ, ਮੈਂ ਕਿੱਥੋਂ ਲੈ ਕੇ ਦੇ ਦਿਆਂ ਇਹਨੂੰ ਕਾਰ? ਤਿੰਨ ਚਾਰ ਦਿਨ ਹੋ ਗਏ ਟਿੰਡਰੀ ਬੈਠੀ ਹੈ, ਕੋਈ ਕੰਮ 'ਤੇ ਹੱਥ ਨਹੀਂ ਲਾਉਂਦੀ, ਨਾ ਕੱਪੜੇ ਧੋਵੇ ਨਾ ਰੋਟੀ ਪਕਾਵੇ, ਕੋਈ ਕੰਮ ਨਹੀਂ ਕਰਦੀ, ਧੰਦਾ ਨਹੀਂ ਕਰਦੀ, ਲੈਣਾ ਨਹੀਂ ਦੇਣਾ ਨਹੀਂ, ਹੁਣ ਰੋਟੀਆਂ ਵੀ ਮੈਂ ਪਕਾਉਣੀ ਆ, ਲੀੜੇ ਵੀ ਮੈਂ ਧੋਣੀ ਆ, ਹੁਣ ਤਿੰਨ ਚਾਰ ਦਿਨਾਂ ਦਾ ਢੇਰ ਲੱਗਿਆ ਪਿਆ ਲੀੜਿਆਂ ਦਾ, ਭਾਈ ਮੈਂ ਕੀ ਕਰਾਂ, ਇਹ ਤਾਂ ਧੋਣ ਦਾ ਨਾਂ ਨਹੀਂ ਲੈਂਦੀ ਹੈਗੀ। ਇਹ ਕੀ ਗੱਲ ਹੋਈ ਸੁਖਪਾਲ, ਮਾੜਾ ਮੋਟਾ ਅਕਲ ਨੂੰ ਹੱਥ ਮਾਰ, ਐਂ ਥੋੜਾ ਜਿੱਦ ਫੜੀਂਦੀ ਹੁੰਦੀ ਹੈ, ਮਾੜੀ ਮੋਟੀ ਸਿਆਣੀ ਬਣ, ਤੂੰ ਚੁੱਪ ਕਰਕੇ ਘਰ ਦੇ ਕੰਮ ਕਾਰ ਕਰ ਸਾਰੇ। ਮੈਨੂੰ ਨਹੀਂ ਪਤਾ ਇਹਨਾਂ ਨੂੰ ਮੇਰੀ ਗੱਲ ਮੰਨਣੀ ਪਊਗੀ, ਇਹ ਮੋਟਰਸਾਈਕਲ ਵੇਚ ਦੇਣਾ ਦਾ, ਮੈਨੂੰ ਕਾਰ ਲਿਆ ਕੇ ਦੇ ਦੇਣਾ ਇੰਡੀਕਾ। ਹੁਣ ਤੂੰ ਮੇਰੀ ਗੱਲ ਮੰਨਣੀ ਨਹੀਂ, ਫਿਰ ਮੈਂ ਤਾਂ ਉਹਨਾਂ ਨੂੰ ਫੋਨ ਕਰ ਦਿੰਦੀ ਹਾਂ, ਬਸ ਹੁਣ ਫਿਰ ਆਪੇ ਆ ਜਾਊਗਾ ਭਾਈ, ਮੁੜੇ ਆਊਗਾ ਤੇਰਾ ਭਾਈ ਬਲਾਡੇ ਤੋਂ, ਹੋਰ ਕੀ ਹੈ, ਫਿਰ ਆਪੇ ਕਰ ਲੂ ਆ ਕੇ ਫਿਰ ਤੇਰੇ ਨਾਲ ਗੱਲ, ਨਾਲੇ ਤੈਨੂੰ ਚੰਗਾ ਭਲਾ ਸਵਾਦ ਆ ਪਤਾ ਉਹਦੇ ਦਾ। ਓਕੇ ਪਤਾ ਹੈ ਸਵਾਦ ਆ,
ਮੈਨੂੰ ਧਮਕੀ ਚ ਦੇਣ ਦੀ ਲੋੜ ਨੀ ਭਾਬੀ, ਉਹ ਕੀ ਕਰ ਲੂਗਾ ਮੇਰਾ, ਮੈਂ ਤਾਂ ਡਰਦੀ ਨੀ ਹੈਗੀ ਕੋਈ। ਲੈ ਦੇਖ ਲੈ ਭੈਣੇ, ਹੈਗੀ ਮਾੜੀ ਮੋਟੀ ਅਕਲ ਮੌਤ ਇਹਨੂੰ? ਇਹਨੇ ਤਾਂ ਤੇਰੀ ਵੀ ਨੀ ਇੱਜ਼ਤ ਰੱਖੀ, ਮਾੜੀ ਮੋਟੀ ਤਾਂ ਸ਼ਰਮ ਮੰਨ ਲੈਂਦੀ ਵੀ ਮੇਰੀ ਭਰਜਾਈ ਚੱਲ ਕੇ ਆਈ ਐਡੀ ਦੂਰੋਂ। ਕੁੜੇ ਤੇਰੇ ਹੀ ਮਸਲਾ ਨਿਬੇੜਨ ਆਈ ਹੈ ਇਹ, ਤੂੰ ਇਹਦੀ ਆਈ ਦੀ ਇੱਜ਼ਤ ਤਾਂ ਕੀ ਕਰਨੀ ਤੀ, ਸੰਘਾਈ ਦੇ ਤੇ ਹਵਾ ਕਰੀ ਜਾਂਦੀ ਹੈ, ਸੇਵਾ ਤਾਂ ਇਹਦੀ ਤਾਂ ਕੀ ਕਰਨੀ ਤੀ ਵਿਚਾਰੀ ਦੀ। ਤਾਂ ਸੇਵਾ ਕਿਉਂ ਨੀ ਕਰਨੀ, ਕਰੂੰਗੀ ਮੇਰੀ ਭਾਬੀ ਸੇਵਾ ਮੈਂ, ਰੋਟੀ ਪਕਾ ਕੇ ਦੇਊਂਗੀ ਇਹਨੂੰ, ਚਾਹ ਬਣਾ ਕੇ ਦੇਊਂਗੀ, ਪਰ ਸੋਨੂੰ ਨੀ ਬਣਾ ਕੇ ਦਿੰਦੀ, ਆਪਦੀ ਪਕਾਏ ਤੇ ਖਾਇਓ, ਚਾਹ ਕਰਿਓ ਤੇ ਪੀਓ। ਆਹੋ ਅਸੀਂ ਤਾਂ ਆਪਦਾ ਲਾ ਹੀ ਜਾਂਦੇ ਹਾਂ, ਸਾਨੂੰ ਤਾਂ ਪਤਾ ਹੀ ਹੈ ਸਾਨੂੰ ਕਿਹੜੀਆਂ ਲਾ ਕੇ ਖਵਾਵੇਂਗੀ ਤੂੰ। ਆਹ ਦੇਖ ਲੈ ਭੈਣੇ, ਤੇਰੇ ਸਾਹਮਣੇ ਹੈ, 5-6 ਦਿਨ ਹੋ ਗਏ ਬੇਬੇ ਨੂੰ, ਤਾਂ ਆਪ ਤਾਂ ਵੇਦੇ ਹੱਥ ਸੇਕਦੀ ਨੂੰ। ਤੇ ਤੂੰ ਸੇਕ ਲਿਆ ਕਰਦਾ ਵੇਦੇ ਹੱਥ, ਤੈਨੂੰ ਕੀ ਹੋਇਆ, ਨਾ ਤੈਨੂੰ ਪਤਾ ਲੱਗ ਜੂ ਵੀ ਕਿੰਨੀਆਂ ਕੁ ਸੌਖੀਆਂ ਹੁੰਦੀਆਂ ਰੋਟੀਆਂ ਲਾਉਣੀਆਂ। ਦੇਖ ਲੈ ਭਾਬੀ, ਮੈਂ ਇੱਕ ਕੰਮ ਕਿਹਾ ਹੈ ਬੰਦੇ ਨੂੰ ਵੀ ਤੂੰ ਮੋਟਰਸਾਈਕਲ ਵੇਚ ਕੇ ਇੰਡੀਕਾ ਗੱਡੀ ਲੈ ਜਾਵੇ, ਮੈਨੂੰ ਬਹੁਤ ਸਸਤੀ ਮਿਲਦੀ ਆ ਉਹ। ਇੰਨੀ ਗੱਲ ਨਹੀਂ ਮੇਰੀ ਮੰਨਦਾ ਇਹ? ਨਹੀਂ ਮੰਨ ਸਕਦਾ, ਨਹੀਂ ਲਿਆ ਕੇ ਦੇ ਸਕਦਾ ਤੈਨੂੰ ਇਹ ਇੰਡੀਕਾ। ਤੂੰ ਮੈਨੂੰ ਐਂ ਦੱਸ, ਤੂੰ ਮੇਰੀ ਮੰਨਣੀ ਹੈ ਕਿ ਨਹੀਂ ਮੰਨਣੀ? ਛੱਡ ਖੇੜਾ, ਤੈਂ ਕੀ ਲੈਣਾ, ਐਵੇਂ ਜਿੱਦ ਨਹੀਂ ਕਰੀਂਦੀ ਹੁੰਦੀ। ਦੇਖ ਜਿੱਦ ਨਹੀਂ ਕਰੀਂਦੀ ਹੁੰਦੀ, ਚੱਲ ਨਹੀਂ ਭਾਬੀ ਤੂੰ ਸਾਡੀ ਗੱਲ ਦੇ ਵਿੱਚ ਹੀ ਨਾ ਬਸ। ਕਿਉਂ ਐਂ ਕਿਵੇਂ ਨਾ ਆਵਾਂ, ਇਹਨਾਂ ਨੇ ਮੈਨੂੰ ਸੱਦਿਆ, ਫੋਨ ਕਰਕੇ ਬੁਲਾਇਆ ਇਹਨਾਂ ਨੇ ਮੈਨੂੰ। ਚੱਲ ਜੇ ਤੂੰ ਮੇਰੀ ਨਹੀਂ ਗੱਲ ਮੰਨਦੀ ਮੈਂ ਤਾਂ ਫਿਰ ਭੱਗ ਜਾਂਦੀ ਹਾਂ, ਆਪੀ ਤੇਰਾ ਭਾਈ ਆਊਗਾ ਉਹੀ ਕਰੂਗਾ ਗੱਲ ਤੇਰੇ ਨਾਲ। ਚੱਲ ਚੰਗਾ ਬਾਈ, ਮੈਂ ਤਾਂ ਜਾਂਦੀ ਹਾਂ, ਮੈਥੋਂ ਨਹੀਂ ਤੁਹਾਡਾ ਮਸਲਾ ਹੱਲ ਹੁੰਦਾ ਹੈ। ਲੈ ਭਾਬੀ ਬਹਿ ਤਾਂ ਜਾ, ਗੁੱਸੇ ਹੋ ਕੇ ਕਿਉਂ ਜਾਂਦੀ ਹੈ? ਗੁੱਸੇ ਹੋਵਾਂ ਨਾ, ਤੂੰ ਤਾਂ ਮੇਰੇ ਆਖੇ ਨਹੀਂ ਲੱਗਦੀ। ਚੱਲ ਬਹਿ ਤਾਂ ਜਾ, ਲੱਗ ਜੂੰਗੇ ਆਖੇ, ਬਹਿ ਜਾ। ਤੂੰ ਮੇਰੀ ਗੱਲ ਸੁਣ, ਤੂੰ ਕੀ ਲੈਣਾ ਗੱਡੀ ਸਿੱਖ ਕੇ? ਚੱਲ ਜੇ ਤਾਂ ਬੰਦੇ ਦੇ ਘਰੇ ਖੜੀ ਹੋਵੇ ਤਾਂ ਵੀ ਚੱਲ ਗੱਲ ਮੰਨ ਲਈਏ ਵੀ ਆਪਾਂ ਸਿੱਖ ਲਈਏ, ਜਦੋਂ ਆਪਣੇ ਘਰੇ ਨਹੀਂ ਹੈਗੀ ਫਿਰ ਆਪਾਂ ਅੱਡੀਆਂ ਜਾ ਕੇ ਫਾਹਾ ਜ਼ਰੂਰੀ ਲੈਣਾ, ਉਹ ਵੀ ਗਾਣੇ ਪਿੱਛੇ ਲੱਗ ਕੇ। ਹਾਂ ਜਦੋਂ ਕਿਤੇ ਬਾਈ ਨੇ ਕਾਰ ਲੈ ਲਈ ਉਦੋਂ ਤੈਨੂੰ ਜ਼ਰੂਰ ਸਿਖਿਆ ਦੂਗਾ, ਠੀਕ ਹੈ ਬਾਈ? ਹਾਂ ਉਦੋਂ ਤਾਂ ਸਿਖਿਆ ਦੂ ਭੈਣੇ। ਬਸ ਠੀਕ ਹੈ ਸੁਖਪਾਲ? ਠੀਕ ਹੈ। ਚੱਲ ਸ਼ੁਕਰ, ਚੱਲ ਹੁਣ ਚਾਹ ਤਾਂ ਬਣਾ ਕੇ ਲਿਆ ਦੇ ਘੁੱਟ। ਬਣਾਉਣੀ ਹੈ ਭਾਬੀ। ਉਹੀ ਤਾਂ ਗੱਲ ਹੈ, ਕਦੋਂ ਦੀ ਆਈ ਹੈ ਵਿਚਾਰੀ, ਚਾਹ ਨਾ ਪਾਣੀ ਇਹਨੂੰ। ਹੋਰ ਕਿਹੜਾ ਚਾਹ ਪਾਣੀ, ਤਾਂ ਇੰਨੇ ਸ਼ੁਕਰ ਮਨਾ ਤੂੰ ਜਿਹੜਾ ਇਹਨੇ ਠੀਕ ਕੀਤਾ। ਲੱਗ ਗਈ ਇਹਦੇ ਆਖੇ, ਚੱਲ ਵਿਚਾਰੀ ਦੇ। ਚੱਲ ਸ਼ੁਕਰ ਹੈ ਜੱਸੇ, ਆਪਦੀ ਭਾਬੀ ਦੇ ਆਖੇ ਤਾਂ ਲੱਗ ਗਈ, ਸਾਰਾ ਕੰਮ ਧੰਦਾ ਕਰਨ ਤਾਂ ਲੱਗ ਗਈ ਇਹ। ਹੋਰ ਮੈਨੂੰ ਤਾਂ ਐਂ ਹੋ ਗਿਆ ਤੇ ਮੈਂ ਆਪਦੀ ਭਾਬੀ ਦੀ ਵੀ ਮੰਨਣੀ ਨਹੀਂ ਇਹਨੇ, ਕੇਰਾਂ ਜੇ ਤਾਂ ਪੁੱਠਾ ਜਿਹਾ ਨਹੀਂ ਬੋਲਦੀ ਤੀ ਉਹਨੂੰ। ਹਾਂ ਮੈਨੂੰ ਤਾਂ ਆਪ ਐਂ ਹੋ ਗਿਆ ਤੀ, ਮਹਾਂ ਮੈਨੂੰ ਤਾਂ ਲੱਗਦਾ ਇਹਦੇ ਵੀ ਨਹੀਂ ਆਖੇ ਲੱਗਦੀ, ਪਰ ਲੱਗ ਗਈ ਫਿਰ ਉਹਦੇ ਆਖੇ ਤਾਂ। ਹੋਰ ਕੇਰਾਂ ਤਾਂ ਭੱਜ ਕੇ ਪਈ ਉਹਨੂੰ ਵੀ, ਅੱਗੇ ਸਾਡੀ ਗੱਲ 'ਚ ਨਾ ਬੋਲ। ਹੋਰ ਚੱਲ ਸ਼ੁਕਰ ਹੈ ਲੱਗ ਤਾਂ ਗਈ ਆਖੇ, ਆਪਾਂ ਤਾਂ ਸੋਚਤੀ ਵੀ ਪਤਾ ਨਹੀਂ ਲੱਗੂਗੀ ਪਤਾ ਨਹੀਂ ਨਾ। ਹੋਰ ਚੱਲ ਠੀਕ ਗਈ, ਵਧੀਆ ਹੋ ਗਿਆ। ਆਈ ਕਮਾਂਡਰ ਕਿਰਨਾਂ ਨੇ ਵੀ ਇਹੀ ਗਾਣਾ ਲਾ ਰੱਖੇ, ਲਾਉਣੀ ਤੀ ਭਾਈ ਗਾਣੀ ਵਾਲਾ ਸੋਹਣਾ। ਮੈਂ ਤਾਂ ਮੇਰੀ ਭਾਬੀ ਦੇ ਮਗਰ ਉਹੀ ਲੱਗ ਕੇ ਨਾ ਕਰਤੀ, ਉਹਦੇ ਉਹੀ ਔਖੇ ਲੱਗੀ ਮੈਂ ਤਾਂ। ਹੁਣ ਤਾਂ ਮੈਂ ਅੰਡੀਕਾ ਮੰਗਾ ਲੈਣੀ ਤੀ, ਹਾਈ ਜਦੋਂ ਅੰਡੀਕਾ ਚਲਾਉਂਦੀ ਕਿੰਨਾ ਵਧੀਆ ਲੱਗਣਾ ਤੀ, ਆਉਣ ਜਾਣ 'ਚ ਫਿਰ ਮੈਂ ਇਹ ਗਾਣਾ ਲਾਉਂਦੀ। ਚੱਲ ਮੈਂ ਤਾਂ ਕਹਿਣੀ ਇਹਨੂੰ, ਜਿੱਥੇ ਜਾਂਦੀ ਇੰਡੀਕਾ ਲੈ ਕੇ ਜਾਂਦੀ, ਕਿੰਨਾ ਵਧੀਆ ਲੱਗਣਾ ਤੀ। ਮੈਨੂੰ ਨਹੀਂ ਪਤਾ, ਮੈਂ ਤਾਂ ਕਰਦੀ ਹਾਂ ਇਹਦੇ ਨਾਲ ਗੱਲ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਐਂ ਕਹਿੰਦੀ ਜੇ ਮੋਟਰਸਾਈਕਲ ਵੇਚ ਕੇ ਆਪਾਂ ਗੱਡੀ ਲੈ ਲੈਂਦੇ ਕਿੱਡੀ ਕੁ ਗੱਲ ਤੀ, ਨਾਲੇ ਮੈਂ ਕਿਹੜਾ ਤੁਹਾਨੂੰ ਬਾਹਲੀ ਮਹਿੰਗੀ ਗੱਡੀ ਕਹਿੰਦੀ, ਇੰਡੀਕਾ ਗੱਡੀ ਲੈਣੀ ਤੀ ਆਪਾਂ ਤਾਂ। ਕਮਾਲ ਹੋ ਗਈ ਯਾਰ, ਮੈਨੂੰ ਤੇਰੀ ਨਹੀਂ ਸਮਝ ਆਉਂਦੀ, ਛੱਡੀ ਛੜਾਈ ਫੇਰ ਤੂੰ ਲੱਗ ਗਈ ਹੈ, 2 ਦਿਨ ਚੁੱਪ ਰਹੀ ਫੇਰ ਉਹੀ ਰੀਲ ਚੜਾ ਲਈ ਦਿੰਦਾ। ਉਹ ਛੱਡ ਦੇ ਤੂੰ ਇਹ ਗੱਲ, ਹੁਣ ਮੈਂ ਗੱਡੀ ਨਹੀਂ ਲੈ ਕੇ ਦੇ ਸਕਦਾ, ਛੱਡ ਦੇ ਤੂੰ, ਕਿਉਂ ਜਿੱਦ ਫੜੀ ਬੈਠੀ ਹੈ।
ਜਿੱਦ ਨਹੀਂ ਕਰੀਦੀ ਹੁੰਦੀ, ਜਿੱਦ ਫੜ ਰੱਖੀ ਤੂੰ ਤਾਂ। ਲੈ ਕਮਾਲ ਹੋ ਗਈ, ਜਿੱਦ ਮੈਂ ਨੀ ਫੜੀ, ਜਿੱਦ ਤੂੰ ਫੜੀ ਹੈ। ਪਤਾ ਨੀ ਕੀ ਗੱਲ ਹੈ, ਜਿੱਦ ਤੂੰ ਫੜੀ ਬੈਠੇ ਵੀ ਮੈਂ ਇਹਨੂੰ ਇੰਡਕਿਆਂ ਲੈ ਕੇ ਦੇਣੀ, ਕੁਛ ਮਰਜ਼ੀ ਹੋ ਜੇ ਚਾਹੇ। ਯਾਰ ਮੈਂ ਤੈਨੂੰ ਕਿੱਥੋਂ ਲੈ ਕੇ ਦੇ ਦਿਆਂ ਇੰਡਿਕਾ, ਤੂੰ ਮੈਨੂੰ ਐਂ ਤਾਂ ਦੱਸ ਦੇ ਮੈਂ ਤੈਨੂੰ ਕਿੱਥੋਂ ਲੈ ਕੇ ਦੇ ਦਿਆਂ। ਮੈਂ ਕਿੱਡਾ ਕੁ ਸਰਦਾਰ ਹਾਂ ਜਿਹੜਾ ਮੈਂ ਤੈਨੂੰ ਗੱਡੀ ਲੈ ਕੇ ਦੇ ਦਿਆਂ। ਨਾ ਗੱਡੀ ਲੈ ਕੇ ਦੇਣ ਨੂੰ, ਮੈਂ ਤਾਂ ਤੂੰ ਕਿੱਡੀ ਕੁ ਮਹਿੰਗੀ ਗੱਡੀ ਮੰਗ ਲਈ, ਪਹਿਲਾਂ ਤੂੰ ਮੈਨੂੰ ਐਂ ਦੱਸ। ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਇੰਡਿਕਾ ਗੱਡੀ ਇੰਨੀ ਮਹਿੰਗੀ ਨਹੀਂ ਹੈਗੀ, ਮੈਂ ਪਤਾ ਕਰ ਲਿਆ ਸਾਰਾ ਕੁਛ। ਅੱਛਾ ਤੂੰ ਪਤਾ ਕਰ ਵੀ ਲਿਆ ਸਾਰਾ ਕੁਛ, ਕਮਾਲ ਹੋ ਗਈ ਲੈ। ਉਦੇ ਤਾਂ ਤੇਰੀ ਭਾਬੀ ਤੈਨੂੰ ਸਮਝਾ ਕੇ ਗਈ ਹੈ ਚੰਗੀ ਪਹਿਲੀ, ਹੈ ਵੀ ਤੂੰ ਛੱਡ ਦੇ ਭਾਈ ਛੱਡ ਦੇ ਇਹ ਗੱਲ। ਦੋ ਦਿਨ ਤੂੰ ਵਧੀਆ ਰਹੀ, ਤੀਜੇ ਦਿਨ ਤਾਂ ਫੇਰ ਹੋਈ ਸੀ ਆਪਾਂ ਪਾ ਲਿਆ। ਦੇਖ ਮੈਂ ਤਾਂ ਤੈਨੂੰ ਗੱਡੀ ਲੈ ਕੇ ਦੇ ਨਹੀਂ ਸਕਦਾ ਯਾਰ, ਮੈਂ ਤਾਂ ਤੈਨੂੰ ਸਿੱਧੀ ਗੱਲ ਕਹਿਤੀ। ਅੱਛਾ ਅੱਛਾ, ਫਿਰ ਮੇਰੀ ਗੱਲ ਵੀ ਸੁਣ ਲੈ, ਜੇ ਤੂੰ ਜਿੱਦ ਫੜੀ ਹੈ ਨਾ, ਕੋਈ ਨਾ ਮੈਂ ਵੀ ਤੈਨੂੰ ਦੱਸੂਗੀ ਵੀ ਜਿੱਦ ਕੀ ਹੁੰਦੀ ਹੈ। ਜਾਂ ਫਿਰ ਕਹਿ ਦੇ ਆਪਦੀ ਮਾਂ ਨੂੰ ਤਿਆਰੀ ਕਰ ਲੈ ਘਰ ਦੇ ਕੰਮ ਕਾਰ ਕਰਨ ਦੀ, ਮੇਤੋਂ ਨੀ ਕੰਮ ਕੁੰਮ ਹੁੰਦਾ। ਮੇਰੀ ਗੱਲ ਸੁਣ ਲੈ ਸੁਖਪਾਲ, ਤੂੰ ਮੇਰੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਕੋਈ ਗੱਲ ਨੀ, ਜੇ ਤੇਥੋਂ ਕੰਮ ਨਹੀਂ ਹੁੰਦਾ ਅਸੀਂ ਤੈਨੂੰ ਰੋਟੀ ਵੀ ਨਹੀਂ ਦਿੰਦੇ, ਫਿਰ ਇਹ ਵੀ ਯਾਦ ਰੱਖ ਲਈ ਤੂੰ। ਹਾਂ ਕੋਈ ਗੱਲ ਨਹੀਂ, ਨਾ ਦਿਓ ਰੋਟੀ, ਭੁੱਖੀ ਰਹਿ ਜੂੰਗੀ ਮੈਂ, ਪਰ ਮੈਂ ਇੰਦਿਕਾ ਲੈ ਕੇ ਛੱਡਣੀ ਹੈ, ਸਿੱਖਣੀ ਵੀ ਲਾਜ਼ਮੀ ਹੈ, ਠੀਕ ਹੈ। ਬੜਾ ਹੁਸ਼ਿਆਰ ਹੈ, ਕਹਿੰਦਾ ਰੋਟੀ ਨਹੀਂ ਦੇਣੀ ਤੈਨੂੰ, ਨਾ ਦਿਓ ਵੀ ਚੱਕਦੀ ਰੋਟੀ, ਰੋਟੀ ਕਣੀ ਭੁੱਖੀ ਮਰ ਜੂੰਗੀ। ਹੋਰ ਪੁੱਤ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ, ਫੇਰ ਕੰਮ ਛੱਡਤਾ ਫੇਰ ਬਹਿਗੀ, ਉਹ ਤਾਂ ਕੰਮ ਛੱਡ ਕੇ ਉਹ ਰੁੱਤ ਪਾ ਰੱਖਿਆ ਬੇਬੇ ਯਾਰ, ਕੀ ਕਰੀਏ ਕੀ ਨਾ ਕਰੀਏ, ਮੈਨੂੰ ਤਾਂ ਕੁਛ ਨਹੀਂ ਪਤਾ ਲੱਗਦਾ। ਆਹ ਮੇਰਾ ਸਾਲਾ ਸਾਗਰ ਜਾਂ ਟੱਕਰ ਜੇ ਨਾ ਕਿਤੇ, ਮੈਂ ਇਹਨੂੰ ਬਣਾਵਾਂ ਬੰਦੇ ਦਾ ਪੁੱਤ, ਜੇ ਮੈਨੂੰ ਪਤਾ ਲੱਗ ਜੇ ਕਿੱਥੇ ਰਹਿੰਦਾ ਇਹ। ਮੇਰੇ ਸਾਲੇ ਨੇ ਠਿੱਠ ਘਰ ਮਾਰੇ, ਹੋਰ ਠਿੱਠ ਤਾਂ ਘਰ ਮਾਰੇ, ਭਾਲ ਇਹਨੂੰ ਤਾਂ ਕਿੱਥੇ ਰਹਿੰਦਾ। ਹੋਰ ਮੈਨੂੰ ਤਾਂ ਆਪ ਗੁੱਸਾ ਚੜੀ ਜਾਂਦਾ ਇਹਦੇ ਕੰਜਰ 'ਤੇ, ਇਹ ਮਰ ਜਾਣਾ ਪਤਾ ਨਹੀਂ ਕਿੱਥੋਂ ਆ ਗਿਆ, ਕਿਹੜਾ ਗਾਣਾ ਕੱਢਤਾ, ਸਾਡੀ ਨੂੰਹ ਹੀ ਸਾਡੇ ਬਾਦ ਪਾਤੀ ਲੈ। ਹੋਰ ਮੈਂ ਕਰਦਾ ਪਤਾ ਮੇਰੇ ਸਾਲੇ ਦਾ ਇਹ ਰਹਿੰਦਾ ਕਿੱਥੇ ਹੈ, ਮੈਂ ਫੇਰ ਇਹਦਾ ਕੱਢੂੰਗਾ ਜਲੂਸ ਘਰੇ ਜਾ ਕੇ ਇਹਦੇ, ਹਟਦਾ ਮੈਂ ਵੀ ਨਹੀਂ। ਹੋਰ ਕਰ ਪਤਾ ਇਹਦਾ ਕਿੱਥੋਂ ਦਾ ਇਹ, ਫੇਰ ਇਹਨੂੰ ਪੁੱਛਾਂਗੇ ਵੀ ਤੇਰੇ ਕਹਿਣ ਤੇ ਤਾਂ ਕਿਤੇ ਨੂੰਹਾਂ ਟਰਾਲੇ ਨਾ ਚਲਾਉਣ ਲੱਗ ਜਾਣ। ਉਹੀ ਤਾਂ ਗੱਲ ਹੈ, ਕਰਦਾ ਮੈਂ ਪਤਾ, ਪਤਾ ਕਰੇ ਬਿਨਾਂ ਤਾਂ ਨਹੀਂ ਛੱਡਦਾ ਮੈਂ, ਪਾਲੂੰਗਾ ਮੈਂ ਲਾਜ਼ਮੀ, ਪੁੱਛ ਪੁੱਛਈਆ ਤਾਂ ਕਰ ਲਾਂਗੇ ਕਿਸੇ ਤੋਂ, ਪੈ ਜਾਂਦੀ ਹੈ ਗੱਲ ਤਾਂ ਰਾਹ ਜੇ ਕਿਸੇ ਕੋਲੇ ਗੱਲ ਕਰੀਏ, ਕੋਈ ਨਾ ਕੋਈ ਦੱਸ ਦੂ। ਐਂ ਕਿਹੜਾ ਉਹ ਕੋਈ ਚੰਦ ਤੇ ਬਹਿ ਗਿਆ ਜਾ ਕੇ, ਲੋਕਾਂ ਦੇ ਘਰਾਂ ਚ ਕਲੇਸ਼ ਪਵਾਤਾਂ ਨਸਾ ਕੇ ਬਿਠਾ ਦੀਆਂ। ਤੂੰ ਕੀ ਕਰਦੀ ਤੀ ਹੁਣ ਉਰੇ, ਪਾਥੀਆਂ ਥਲਦੀ ਤੀ? ਹਾਂ ਪਾਥੀਆਂ ਥਲਦੀ ਤੀ ਪੁੱਤ, ਫਿਰ ਉਹ ਤਾਂ ਕੁਛ ਕਰਦੀ। ਚੱਲ ਨਾ ਥੱਲ ਫਿਰ, ਰੋਟੀ ਟੁੱਕਦਾ ਕਰ ਲਿਆ ਕਰ, ਉਹੀ ਬਹੁਤ ਹੈ, ਪਾਥੀਆਂ ਦਾ ਛੱਡ ਖਹਿੜਾ, ਫਿਰ ਕੀ ਕਰਨਾ, ਸਰਦਾ ਤਾਂ ਕਾਸੇ ਬਿਨਾਂ ਵੀ ਨਹੀਂ ਹੈਗਾ, ਫਿਰ ਜ਼ਰੂਰੀ ਹੈ ਬਿਮਾਰ ਹੋ ਜਾਏਗੀ। ਰੋਟੀ ਟੁੱਕ ਪਕਾ ਦਿਆ ਕਰ ਟਾਈਮ ਤੇ, ਖਾ ਕੇ ਮੈਂ ਬਗ ਜਾ ਕਰੂੰਗਾ, ਹੋਰ ਕੀ ਹੈ, ਪਾਥੀਆਂ ਪੁੱਥੀਆਂ ਦਾ ਛੱਡ ਖਹਿੜਾ, ਕੁਛ ਨਹੀਂ ਹੁੰਦਾ। ਸਿਆਲ ਚ ਇਹਨਾਂ ਦੀ ਵੀ ਲੋੜ ਪੈਂਦੀ ਹੈ, ਰੂੜੀ ਤੇ ਸਟਿਆ ਗੋਹਾ, ਇੱਥੇ ਢੇਰ ਲਵਾ ਲੈਤਾ ਤਾਂ ਕਿੱਥੋਂ ਪੱਤ ਲੈਂਗੀ ਹੁਣ ਤੂੰ। ਚੱਲ ਜਿੰਨਾ ਕੁ ਬਣੂਗਾ ਕਰੂੰਗਾ, ਬਿਮਾਰ ਹੋ ਜਾਏਗੀ, ਗਰਮੀ ਗੁਰਮੀ ਲੱਗ ਜੂ, ਇਹਦੇ ਰੋਟ ਟੁਕੜੇ ਬਿਨਾਂ ਵੀ ਚੱਕਾਂਗੇ ਫਿਰ। ਚੱਲ ਮੈਂ ਤਾਂ ਜਾਣਾ ਘਰ ਨੂੰ, ਹੋਰ ਕੀ ਕਰੀਏ, ਆਪਾਂ ਨੂੰ ਤਾਂ ਸਰਦਾ ਨਹੀਂ ਕਰਨਾ ਪਊਗਾ, ਉਹ ਤਾਂ ਬਹੇਗੀ ਮੂੰਹ ਸਜਾ ਕੇ। ਓਏ ਤੈਨੂੰ ਪਤਾ ਜੱਸੇ ਘਰੇ ਕੀ ਸਾਪਾ ਪੈ ਰਿਹਾ? ਹਾਂ ਪਤਾ ਲੱਗ ਗਿਆ ਸੀ ਮੈਨੂੰ, ਇੰਡਿਕਾ ਗੱਡੀ ਵਾਲਾ, ਹਾਂ ਉਹਦੇ ਘਰਾਂ 'ਚ ਤਾਂ ਹਿੰਡ ਕਰੀ ਬੈਠੀ ਹੈ, ਕਹਿੰਦੀ ਮੈਨੂੰ ਤਾਂ ਇੰਡਿਕਾ ਗੱਡੀ ਲੈ ਕੇ ਦਿਓ। ਨਾ ਤੈਨੂੰ ਹੋਰ ਗੱਲ ਦਾ ਪਤਾ, ਜੱਸਾ ਤਾਂ ਉਹ ਗਾਇਕ ਨੂੰ ਭਾਲੀ ਜਾਂਦਾ ਜਿਹਨੇ ਆ ਇੰਡਿਕਾ ਗੱਡੀ ਵਾਲਾ ਗਾਣਾ ਗਾਇਆ, ਸਾਗਰ ਦੀ ਵਹੁਟੀ ਵਾਲਾ, ਉਹ ਗਾਇਕ ਨੂੰ ਭਾਲਦਾ ਫਿਰਦਾ ਉਹ ਤਾਂ। ਅੱਛਾ ਯਾਰ, ਹੋਰ ਜੱਸਾ ਕਹਿੰਦਾ ਇੱਕ ਸਾਲਾ ਕਿਤੇ ਮਿਲ ਕੇ, ਕਹਿੰਦਾ ਮੈਂ ਜਲੂਸ ਕੱਢੂੰਗਾ ਜਿਹੜਾ ਸਾਗਰ ਦੀ ਵਹੁਟੀ ਵਾਲਾ ਗਾਣਾ ਗਾਇਆ ਗਾਇਕ ਜੀ ਦਾ, ਜਲੂਸ ਕੱਢੂੰਗਾ ਮਿਲ ਜੇ ਇੱਥੇ ਆਪਾਂ ਖੜਾ ਕਰਤਾ। ਕਹਿੰਦਾ ਓਏ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਹੈ, ਜੱਸਾ ਹੈਗਾ ਤਾਂ ਲਾਈ ਲੱਗ ਜੀ, ਇਹ ਤੈਨੂੰ ਪਤਾ ਹੈ ਆਪਣੇ ਜਿਹੜਾ ਪਸ਼ੂ ਵਾਲਾ ਵਪਾਰੀ ਨਹੀਂ ਹੈਗਾ ਸਾਗਰ, ਮੈਂ ਤਾਂ ਕਹਿੰਦਾ ਜੱਸੇ ਨੂੰ ਆਪਾਂ ਐਂ ਕਹਿ ਦਿੰਦੇ ਹਾਂ ਵੀ ਉਹਨੇ ਗਾਣਾ ਗਾਇਆ ਇਹ,
ਗੱਲ ਤਾਂ ਸਹੀ ਹੈ ਤੇਰੀ, ਕਰੀਏ ਕੰਮ ਆਪਾਂ ਫਿਰੇ। ਹਾਂ ਦੇਖਾਂ ਇਹ ਤਮਾਸ਼ਾ, ਆਪਾਂ ਮੈਂ ਆਪਾਂ ਨੂੰ ਤਮਾਸ਼ਾ ਦੇਖਣ ਨੂੰ ਮਿਲੂਗਾ। ਅਸੀਂ ਤਾਂ ਮੈਂ ਕਹਿਣਾ, ਚੱਲ ਕੋਈ ਨਾ ਹੁਣ ਜਿੱਦੇ ਦੁਬਾਰੇ ਟੱਕਰ ਆਪਾਂ ਉਹਦੇ ਕਹਾਂਗੇ ਉਹਨੂੰ। ਠੀਕ ਹੈ। ਆਪਣੇ ਪਿੰਡ ਦੇ ਹੀ ਆਹੂ ਯਾਰ, ਮੈਨੂੰ ਤਾਂ ਇੰਝ ਕਿਤੋਂ ਦਾ ਹੋਰ ਹੋਊਗਾ ਯਾਰ, ਮੈਨੂੰ ਨੀ ਇਹ ਗੱਲ ਤਾਂ ਪਤਾ ਸੀਗਾ। ਹੈਂ ਮੇਰੇ ਸਾਲ ਆਪਣੇ ਪਿੰਡ ਦੀ ਨਿਕਲਿਆ ਤਾਂ। ਕੋਈ ਨਾ ਮੈਂ ਕਰਦਾ ਗੱਲ ਜਾ ਕੇ ਬੇਬੇ ਨਾਲ, ਕੋਈ ਗੱਲ ਨੀ। ਕਦੋਂ ਕਾਜੂਗਾ ਡਾਕਟਰ? 10 ਮਿੰਟ ਲੱਗਣਗੇ ਬਈ, ਗਿਆ ਹੋਇਆ ਘਰੇ। ਫਿਰ ਮੈਂ ਬੈਠਾ, ਬਹਿ ਜਾਓ, ਬਾਹਲਾ ਟਾਈਮ ਤਾਂ ਨਹੀਂ ਲਾਉਂਦਾ। ਨਾ ਨਾ ਬਸ ਉਹ ਲਾਡੀ ਹੋਰੀ ਆਏ ਨੇ ਸਮਾਨ ਫੜਾਉਣ ਗਿਆ ਬਸ ਮਾੜਾ ਜਿਹਾ। ਅੱਛਾ ਹਾਂ, ਹਲਵਾਈ ਤੋਂ। ਅੱਛਾ ਅੱਛਾ, ਰਿਸ਼ਤੇਦਾਰ ਆਏ ਨੇ। ਜਾ ਮੈਨੂੰ ਤਾਂ ਹੋ ਰਿਹਾ ਛੇਤੀ ਦੱਸਾਂ ਜਾ ਕੇ ਬੇਬੇ ਨੂੰ। ਬਾਬਾ ਹੁਣ ਆ ਜਾਈ 5 ਮਿੰਟ 'ਚ ਬਈ। ਅੱਛਾ ਬੂ ਮੈਂ ਮਰ ਜਾ, ਲੈ ਕਮਾਲ ਹੋ ਗਈ, ਕੰਜਰ ਆਪਣੇ ਪਿੰਡ ਤੇ ਨਿਕਲਿਆ ਆ। ਹੋਰ ਆਪਣੇ ਪਿੰਡ ਦੇ ਨਿਕਲਿਆ, ਮੈਂ ਤਾਂ ਕਹਿੰਦਾ ਚੱਲ ਬੇਬੇ ਘਰੇ ਜਾ ਕੇ ਕੱਢੀਏ ਜਲੂਸ ਇਹਦਾ ਸਾਲੇ ਦਾ। ਬੇਕਾਨੂੰ ਮੈਂ ਤਾਂ ਤੈਨੂੰ ਐ ਕਹਿਨੀ ਆ, ਘਰੇ ਗਏ ਤੇ ਅਗਲਾ ਆਪਣੇ ਨਾਲ ਗੱਲ ਪੈ ਜੇ। ਐ ਆ ਨਾ ਕਈ ਵਾਰੀ ਅਗਲਾ ਘਰੇ ਗਿਆ ਦੇ ਮਗਰ ਪੈ ਜਾਂਦੇ ਪੁੱਤ। ਅੱਛਾ ਬੇ ਮੈਂ ਤਾਂ ਤੈਨੂੰ ਐ ਕਹਿਨੀ ਆ, ਮੇਰੇ ਚਾਚੇ ਦਾ ਮੁੰਡਾ ਨਹੀਂ ਹੈਗਾ ਨਸ਼ਿੱਤਰ ਤੇਰਾ ਮਾਮਾ, ਉਹਦਾ ਮੁੰਡਾ ਭੀਖੀ ਲੱਗਿਆ ਹੋਇਆ ਬਿੰਦਰ ਥਾਣੇ 'ਚ, ਆਪਾਂ ਉਹਦੇ ਕੋਲੇ ਦਰਖਾਸਤ ਦੇ ਦਿੰਦੇ ਆ ਇਹਦੇ ਤੇ। ਅੱਛਾ ਫਿਰ ਐ ਕਰ ਲੈਂਦੇ ਆ, ਉਹਦੇ ਨਾਲ ਕਰ ਲੈਣਾ ਮੈਂ ਗੱਲ। ਹਾਂ ਕਰ ਲੈ ਉਹਦੇ ਨਾਲ ਗੱਲ, ਦਰਖਾਸਤ ਦੇਵਾਂਗੇ ਆਪਾਂ ਇਹਦੇ। ਬੇ ਮੈਂ ਐ ਕਰਦੀ ਆ, ਇਹਦੇ ਕੋਲੋਂ ਫੋਨ ਫੜ ਕੇ ਨਾ ਤੇਰੇ ਮਾਮੇ ਨੂੰ ਛਿੱਤਰ ਨੂੰ ਕਰ ਦਿੰਨੀ ਆ, ਉਹ ਆਪੇ ਕਰ ਦੂਆ ਬਿੰਦਰ ਨੂੰ ਫੋਨ। ਐਂ ਕਰ ਲੈ ਫਿਰ ਬੇਬੇ। ਚੱਲ ਆਈ ਕਰਦੀ ਆ ਪੁੱਤ, ਮੈਂ ਫੜਦੀ ਆ ਫੋਨ, ਕਰਦੀ ਆ ਗੱਲ ਤੇਰੇ ਮਾਮੇ ਨਾਲ। ਮੈਂ ਸੰਨੀ ਕਰਦਿਆਂ ਫਿਰ। ਹਾਂ ਤੂੰ ਕਰਿਆ, ਹਾਂ ਨਵੇੜਿਆ ਕੰਮ ਚੰਗਾ। ਮੇਰੇ ਸਾਜ ਨੇ ਕਿੱਥੇ ਖਾਦੇ ਆਂਗੇ, ਹਰਾ ਵੀ ਹੁਣੀ ਰਲਾ ਦਿਆਂ। ਹਾਂ ਰਲਾਈ ਦੇ ਪੁੱਤ, ਕੰਮ ਨਿਬੜੂਆ। ਚਲੋ ਫਿਰ ਬੰਨ ਦਾਂਗੇ, ਚੱਲ ਜਦੋਂ ਟਾਈਮ ਹੋ ਗਿਆ। ਠੀਕ ਹੈ ਠੀਕ ਹੈ। ਹਾਂ ਹਾਂ ਆਇਆ ਸੀ ਬਾਪੂ ਦਾ ਫੋਨ ਵੀ। ਪਹਿਲੀ ਗੱਲ ਤਾਂ ਤੇਰੀ ਆਹ ਮਾੜੀ ਗੱਲ ਹੈ ਬਾਈ, ਤੂੰ ਕਦੇ ਘਰੇ ਨਹੀਂ ਆਇਆ ਆਪਦਾ ਹੋ ਕੇ ਵੀ। ਉਹ ਯਾਰ ਕੀ ਦੱਸਾਂ ਬਾਈ ਯਾਰ, ਤੈਨੂੰ ਬਿਜੀ ਵਾਲਾ ਰਹੀ ਦੇਣਾ, ਤੈਨੂੰ ਪਤਾ ਡਿਊਟੀ ਕਰਕੇ ਵਿਹਲ ਹੀ ਨਹੀਂ ਮਿਲਦੀ ਹੈਗੀ। ਬਾਪੂ ਨੇ ਬਹੁਤ ਵਾਰੀ ਕਿਹਾ ਮੈਨੂੰ, ਕਹਿੰਦਾ ਤੂੰ ਆਪਦੀ ਭੂਆ ਨੂੰ ਮਿਲ ਕੇ ਆਈ, ਨਾਲ ਤਾਂ ਪਿੰਡ ਹੈ ਜਮਾਂ, ਕੀ ਕਰਾਂ ਯਾਰ ਆ ਹੀ ਨਹੀਂ ਆਉਂਦਾ। ਚੱਲ ਤੂੰ ਤਾਂ ਨਹੀਂ ਆਇਆ ਯਾਰ, ਸਾਨੂੰ ਤਾਂ ਦੇਖ ਤੇਰੇ ਤੱਕ ਕੰਮ ਪੈ ਗਿਆ। ਹਾਂ ਹਾਂ ਕਿਹੜਾ ਕੰਮ? ਕੰਮ ਤੈਨੂੰ ਮੈਂ ਕੀ ਦੱਸਾਂ ਯਾਰ, ਆਹ ਜਿਹੜਾ ਗਾਣਾ ਨਹੀਂ ਆਇਆ ਸਾਗਰ ਦੀ ਬੋਟੀ ਵਾਲਾ। ਹਾਂ ਹਾਂ ਬਹੁਤ ਮਸ਼ਹੂਰ ਹੋਇਆ ਗਾਣਾ ਇਹ। ਮਸ਼ਹੂਰ ਤਾਂ ਹੋਇਆ ਉਸੇ ਗਾਣੇ ਕਰਕੇ, ਸਿਆਪਾ ਪਿਆ ਹੋਇਆ ਸਾਰਾ ਸਾਡੇ ਘਰੇ ਤਾਂ। ਯਾਰ ਮੇਰੇ ਘਰ ਵਾਲੀ ਤੁਹਾਨੂੰ ਪਤਾ ਮਾੜੀ ਜਿਹੀ ਸਿੱਧੀ ਜੀ ਹੈਗੀ ਹੈ, ਉਹਨੇ ਗਾਣਾ ਸੁਣ ਲਿਆ ਕਿਤੇ, ਗਾਣਾ ਸੁਣ ਕੇ ਸਾਡੇ ਖੇੜੇ ਪੈ ਗਈ, ਕਹਿੰਦੀ ਮੈਨੂੰ ਤਾਂ ਇੰਡੀਕਾ ਲਿਆ ਕੇ ਦਿਓ ਨਾਲੇ ਸਿਖਾਓ। ਅੱਛਾ ਯਾਰ ਫਿਰ ਹੁਣ ਇਹ 'ਚ ਮੈਂ ਕੀ ਕਰ ਸਕਦਾ ਯਾਰ ਤੁਹਾਡੀ ਘਰੇਲੂ ਗੱਲ 'ਚ? ਯਾਰ ਮੇਰੀ ਗੱਲ ਸੁਣ ਲੈ, ਮੈਂ ਤਾਂ ਉਹ ਸਾਗਰ ਦੇ ਪਟੇਲ ਪਾਉਣੇ ਨੇ ਜਿਹਨੇ ਇਹ ਗਾਣਾ ਗਾਇਆ। ਲੈ ਕਮਾਲ ਹੋ ਗਈ ਯਾਰ, ਆਪਾਂ ਉਹਦੇ ਪੱਟੇ ਕਿਵੇਂ ਲਾ ਸਕਦੇ ਹਾਂ ਬਿਨਾਂ ਕਸੂਰ ਤੋਂ? ਉਹਨੇ ਤਾਂ ਵਿਚਾਰੇ ਨੇ ਗਾਣਾ ਹੀ ਗਾਇਆ, ਉਹਦੇ 'ਚ ਕੀ ਕਸੂਰ ਹੈ? ਕਸੂਰ ਫਿਰ ਸਾਡਾ ਹੋ ਗਿਆ, ਕਸੂਰ ਉਸੇ ਦਾ ਹੀ ਹੈ। ਜੇ ਤੂੰ ਰਿਸ਼ਤੇਦਾਰ ਹੋ ਕੇ ਵੀ ਨਹੀਂ ਇਹ ਕੰਮ ਕਰ ਸਕਦਾ ਯਾਰ, ਕਮਾਲ ਆ ਤੇਰੇ ਕਣੀ ਉਹ। ਹੈਂ ਬਾਹਲੀ ਗੱਲ ਹੈ ਯਾਰ, ਸੇਵਾ ਪਾਣੀ ਕਰ ਦਿਆਂਗੇ ਅਸੀਂ, ਉਦੋਂ ਵੀ ਨਹੀਂ ਭੱਜਦੇ ਹੈਗੇ ਵੀ ਇਕੱਲੀ ਰਿਸ਼ਤੇਦਾਰੀ ਕਰਕੇ ਕਹਿੰਦੇ ਹਾਂ ਤੈਨੂੰ। ਲੈ ਕਮਾਲ ਕਰੀ ਜਾਂਦਾ ਯਾਰ, ਹੁਣ ਮੈਂ ਭੂਆ ਦੇ ਮੁੰਡੇ ਤੋਂ ਰਿਸ਼ਵਤ ਕਿਵੇਂ ਲੈ ਲਾਂ? ਬਾਕੀ ਗੱਲ ਪਤਾ ਕੀ ਹੈ, ਜੇ ਕੰਮ ਕਰਨ ਵਾਲਾ ਹੁੰਦਾ ਨਾ ਮੈਂ ਕਰ ਦਿੰਦਾ, ਹੁਣ ਉਹ ਐਡਾ ਮਸ਼ਹੂਰ ਬੰਦਾ ਯਾਰ, ਉਹਨੂੰ ਮੈਂ ਕਿਵੇਂ ਫੜ ਲਾਂ? ਨਾਲੇ ਉਹ ਕਿਹੜਾ ਕੋਈ ਨੇੜੇ ਤੇੜੇ ਬੈਠਾ, ਕੀ ਪਤਾ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ। ਪਤਾ ਕਿਉਂ ਨਹੀਂ ਹੈਗਾ? ਸਾਡੇ ਪਿੰਡ ਦਾ ਤਾਂ ਹੈਗਾ ਉਹ। ਉਹ ਤੁਹਾਡੀ ਭੈਣ ਨੂੰ ਸਾਗਰ ਦੀ ਵੋਟੀ ਵਾਲਾ ਸਿੰਗਰ ਤੁਹਾਡੇ ਪਿੰਡ ਦਾ ਹੈ? ਹਾਂ ਸਾਡੇ ਪਿੰਡ ਦਾ ਉਹ। ਕਮਾਲ ਹੋ ਗਈ ਯਾਰ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਤੂੰ ਕਿਹੜਾ ਪਤਾ ਸੀ? ਮੈਨੂੰ ਵੀ ਹੁਣੀ ਪਤਾ ਲੱਗਿਆ ਕਿਸੇ ਤੋਂ। ਬਸ ਤੂੰ ਬਾਈ ਉਹਨੂੰ ਚੱਕ ਕੇ ਠਾਣੇ ਤੁਰਨਾ, ਮੈਂ ਉਹਨੂੰ ਐਂ ਪੁੱਛਣਾ ਵੀ ਤੇਰੇ ਘਰ ਰਾਜ ਨੂੰ ਕਿਹੜੀ ਇੰਡੀਕਾ ਆਉਂਦੀ ਹੈ, ਤੂੰ ਸਾਡੀਆਂ ਬੁੜੀਆਂ ਵਿਗਾੜਦੀਆਂ ਪਈਆਂ ਨੇ। ਹੈਂ ਸਿੱਟੂ ਉਹਨੂੰ ਠਾਣੇ 'ਚ। ਚੱਲ ਕੋਈ ਗੱਲ ਨਹੀਂ, ਤੂੰ ਮੈਨੂੰ ਉਹਦਾ ਐਡਰੈਸ ਦੱਸ।
ਐਡਰੈਸ ਤਾਂ ਮੈਂ ਦੱਸ ਦਿੰਦਾ, ਜੇ ਲਿਖਣਾ ਲਿਖ ਲਓ। ਹੈਂ, ਗੁਰਦੁਆਰੇ ਕੋਲ ਘਰ ਹੈ। ਅੱਛਾ, ਬਸ ਮੈਨੂੰ ਘਰ ਜਾ ਦੱਸ ਦੇ ਕਿੱਥੇ ਜੇ ਉਹਦਾ ਘਰ, ਮੈਂ ਤੈਨੂੰ ਦੱਸ ਦਿੰਦਾ, ਸਮਝਾ ਦਿੰਦਾ ਮੈਂ ਸਾਰਾ। ਬਸ ਕੋਈ ਨਾ, ਚੱਕ ਲਊ ਮੈਂ ਬਾਜੀ, ਬਸ ਪੱਟਾ ਫੇਰਨਾ ਉਹਦੇ, ਮੈਂ ਫੇਰ ਦੂੰ, ਪਰਵਾਹ ਨਾ ਕਰ ਤੂੰ, ਹੋਟਾ ਪੱਟਾ ਕੁਛ ਵੀ ਨਹੀਂ ਛੱਡਣਾ। ਠੀਕ ਹੈ, ਹਾਂ ਕੋਈ ਨਾ ਕੋਈ ਨਾ, ਪਰਵਾਹ ਹੀ ਨਾ ਕਰ ਤੂੰ। ਦੇਖੀ ਵਿਆਹ ਚੀਕਾਂ ਪੈਂਦੀਆਂ ਚਾਹੀਦੀ ਸੀ ਮੈਨੂੰ ਬੇਬੇ, ਉਹਦਾ ਬਣਾਉਣਾ ਆ ਸਮਾਰ ਕੇ ਮੁੰਡੇ ਕੋਲੇ ਜਾ ਅਵਿੰਦਰ ਕੋਲੇ। ਸਾਗਰ ਸਿੰਘ ਹੈਂ, ਪੁਲਿਸ ਸਾਗਰ ਤੇਰਾ ਨਾਂ ਹੀ ਆ ਬਾਈ? ਹਾਂਜੀ ਹਾਂਜੀ ਮੇਰਾ ਨਾਂ ਹੀ ਹੈ। ਤੇਰਾ ਗਾਣਾ ਆਇਆ ਸੀ? ਹਾਂ ਹਾਂ ਇੱਕ ਵਾਰੀ ਕੱਢਿਆ ਸੀ ਗਾਣਾ ਵੀ। ਯਾਰ ਮੇਰਾ ਤਾਂ ਐਂ ਜੀ ਕਰਦਾ ਵੀ ਤੇਰਾ ਆਟੋਗ੍ਰਾਫ ਲੈ ਲਾ, ਪਰ ਕੀ ਕਰਾਂ ਮਜਬੂਰੀ ਹੈ, ਤੇਰੇ ਤੇ ਇੱਕ ਦਰਖਾਸਤ ਆਈ ਹੈ। ਚੱਲ ਕੋਈ ਗੱਲ ਨਹੀਂ, ਥਾਣੇ ਜਾ ਕੇ ਲੈ ਲੂੰ ਮੇਰਾ ਤੇਰਾ ਆਟੋਗ੍ਰਾਫ, ਆ ਚੱਲੀਏ ਥਾਣੇ। ਦਰਖਾਸਤ ਆਈ ਹੈ? ਕਾਹਦੀ ਆਈਏ ਬਾਈ, ਕਿਹਨੇ ਦਿੱਤੀ ਹੈ ਦਰਖਾਸਤ? ਆਪਾਂ ਤਾਂ ਬਾਈ ਅਗਲੇ ਨੂੰ ਸੱਚ ਦੱਸ ਕੇ ਪਸ਼ੂ ਵਿਕਾਈਦਾ ਤੇ ਦਵਾਈਦਾ। ਮੈਂ ਮੈਸਾਂ ਦਾ ਵਪਾਰੀ ਹਾਂ ਨਾ ਬਾਈ। ਕਮਾਲ ਹੋ ਗਈ, ਤੂੰ ਆਹ ਕੰਮ ਵੀ ਕਰ ਲੈਂਦਾ। ਹਾਂ ਹਾਂ ਬਾਈ, ਆਪਣਾ ਮੇਨ ਕੰਮ ਤਾਂ ਇਹੀ ਹੈ। ਠੀਕ ਹੈ ਠੀਕ ਹੈ, ਮੈਨੂੰ ਨਹੀਂ ਪਤਾ ਸੀ, ਚੱਲ ਆ ਫਿਰ ਚੱਲੀ ਆ ਜਾ। ਜੱਸਾ ਸਿੰਘ ਨੇ ਦਰਖਾਸਤ ਦਿੱਤੀ ਆ ਤੇਰੇ ਤੇ। ਪਰ ਬਾਈ ਸਾਨੂੰ ਦੱਸੋ ਤਾਂ ਸਹੀ, ਸਾਡਾ ਕਸੂਰ ਕੀ ਹੈ? ਇਹ ਤਾਂ ਕਸੂਰ ਕੀ ਹੋ ਗਿਆ, ਦਰਖਾਸਤ ਕਿਉਂ ਦਿੱਤੀ ਹੈ ਤੇ? ਭੈਣ ਜੀ ਇਹਦੇ ਗਾਣੇ ਦਾ ਚੱਕਰ ਪਿਆ ਸਾਰਾ, ਅਗਲੇ ਦੇ ਘਰ ਦਾ ਛਾਪਾ ਪਿਆ ਹੋਇਆ, ਬਾਕੀ ਜ਼ਿਆਦਾ ਗੱਲਾਂ ਨਹੀਂ ਮੈਂ ਇੱਥੇ ਕਰ ਸਕਦਾ। ਥਾਣੇ ਆ ਜਾਓ ਤੁਸੀਂ, ਚੱਲ ਆ ਚੱਲੀਏ ਕਰਾਂ। ਲੈ ਕਮਾਲ ਹੋ ਗਈ ਬਾਈ, ਤੂੰ ਕੁਛ ਦੱਸਦਾ ਵੀ ਨਹੀਂ ਹੈ, ਇਹਨੂੰ ਥਾਣੇ ਲੈ ਚੱਲੇ। ਚੱਲ ਕੋਈ ਗੱਲ ਨਹੀਂ, ਥਾਣੇ ਵੀ ਆ ਜਾਗੇ। ਆ ਜਾਓ ਥਾਣੇ ਆ ਜਾਓ, ਉੱਥੇ ਕਰਾਂਗੇ ਗੱਲ। ਚੱਲ ਬੈਠ ਮੋਟਰਸਾਈਕਲ ਤੇ। ਹੁਣ ਤੱਕ ਤਾਂ ਚੱਕ ਲਿਆ ਹੋਊਗਾ ਸਾਗਰ ਨੂੰ, ਘੋਟਾ ਲੱਗੀ ਜਾਂਦਾ ਹੋਊ ਉਹਦੇ ਤਾਂ। ਮੈਂ ਕਿਹਾ ਸਮਾਰ ਕੇ ਫੇਰੀ ਇਹਦੇ ਘੋਟਾ। ਅੱਛਾ ਚੱਲ ਵਧੀਆ ਗੱਲ ਹੈ ਫਿਰ ਤਾਂ। ਹਾਂ ਹੋਰ ਅੱਤ ਮਚਾ ਰੱਖੀ ਤੀ, ਝਾਕਦੀ ਤਾਂ ਦੇਖ ਕਿਵੇਂ ਹੈ, ਹੁਣ ਤੱਕ ਤਾਂ ਸਾਗਰ ਨੂੰ ਮਿਲ ਗਈ ਹੋਊਗੀ ਟੀਕਾ। ਪਤਾ ਨਹੀਂ ਕੀ ਕੁੱਤੇ ਵਾਲੀ ਭਕਾਈ ਜੀ ਮਾਰੀ ਜਾਂਦਾ। ਮੈਂ ਦੱਸੇ ਉਹ ਪੁਲਿਸ ਵਾਲੇ ਨਾਲ ਕੌਣ ਆਉਂਦੇ ਨੇ? ਉਹ ਤਾਂ ਉਹੀ ਸਾਗਰ ਹੈ ਬੇਬੇ। ਹੈਂ, ਇਹ ਕਿਉਂ ਆਉਂਦਾ? ਬੇ ਐਂ ਆਉਂਦਾ ਹੋਣਾ ਵੀ ਘਰੇ ਜਾ ਕੇ ਮਾਫ਼ੀ ਮੁਫ਼ੀ ਮੰਗ ਕੇ ਪੈਂਡਾ ਛੁਡਾ ਲੂੰਗਾ ਆਪਦਾ, ਖਹਿੜਾ ਛੁਡਾ ਲੂੰ ਇਹਨਾਂ ਤੋਂ। ਅੱਛਾ ਹਾਂ, ਮੈਨੂੰ ਵੀ ਐਂ ਲੱਗਦਾ। ਵਪਾਰੀ ਹੈ ਮੈਸਾਂ ਦਾ, ਮਾਰਦਾ ਯਾਰ ਮੈਸਾਂ ਦਾ ਵਪਾਰ ਤਾਂ ਇਹਨੇ ਜਾਣ ਕੇ ਸ਼ੁਰੂ ਕਰਿਆ ਪਰਦਾ ਪਾਉਣ ਵਾਸਤੇ, ਵੀ ਪਤਾ ਨਾ ਲੱਗੇ ਕਿਸੇ ਨੂੰ ਵੀ ਇਹਨੇ ਗਾਣਾ ਗਾਇਆ। ਤੂੰ ਤਾਂ ਗਲਤ ਬੰਦਾ ਫੜਾਤਾ ਐਵੀ। ਕੀ ਗੱਲ ਹੋ ਗਈ ਬਾਈ, ਇਹ ਕਿਹੜਾ ਸਾਗਰ ਹੈ? ਗੱਲ ਕੀ ਹੋਣੀ ਹੈ, ਤੇਰੇ ਘਰ ਵਾਲੇ ਨੇ ਮੇਰੇ ਘਰ ਵਾਲੇ ਤੇ ਦਰਖਾਸਤ ਦਿੱਤੀ ਹੈ, ਕਹਿੰਦੇ ਇਹਨੇ ਸਾਗਰ ਦੀ ਵੋਟੀ ਵਾਲਾ ਗਾਣਾ ਗਾਇਆ, ਸਾਡੇ ਘਰੇ ਕਲੇਸ਼ ਪੈ ਗਿਆ। ਅੱਗੇ ਮੇਰੇ ਘਰ ਵਾਲੀ ਕਹਿੰਦੀ ਹੈ ਮੈਨੂੰ ਇੰਡਿਕਾ ਕਾਰ ਲੈ ਕੇ ਦੇ, ਨਾਲੇ ਸਿਖਿਆ ਮੈਨੂੰ। ਮੇਰੇ ਘਰ ਵਾਲੇ ਨੇ ਇਹ ਗਾਣਾ ਥੋੜੀ ਗਾਇਆ ਜਿਹੜੀ ਤੁਸੀਂ ਇਹਨੂੰ ਤੇ ਚੱਕ ਕੇ ਦਰਖਾਸਤ ਦਿੱਤੀ। ਅੱਛਾ ਮੰਨ ਲੈ ਜੇ ਗਾਣਾ ਗਾਇਆ ਵੀ ਹੁੰਦਾ ਤਾਂ ਵੀ ਇਹ ਫਿਰ ਕਿਵੇਂ ਫੜਾ ਦਿੰਦਾ ਇਹਨੂੰ? ਮੈਂ ਤਾਂ ਬਾਈ ਹੌਲਦਾਰ ਦੀ ਵੀ ਸ਼ਿਕਾਇਤ ਕਰਨ ਜਾਂਦੀ ਸੀ SSP ਸਾਹਿਬ ਦੇ, ਇਹ ਤਾਂ ਇਹਨੇ ਮਿੰਤਾ ਮੁੰਤਾ ਕਰਕੇ ਰੋਕ ਲਿਆ ਸਾਨੂੰ। ਇਹ ਤਾਂ ਕਹਿੰਦਾ ਬਾਈ ਮੈਂ ਇਕੱਲਾ ਆਟੋਗ੍ਰਾਫ ਲੈ ਕੇ ਛੱਡ ਦੇਣਾ ਸੀ ਤੁਹਾਨੂੰ। ਮੇਰੀ ਗੱਲ ਸੁਣ ਲੈ ਬਾਈ, ਇਹ ਉਹ ਸਾਗਰ ਹੈ ਨਹੀਂ ਗਾ, ਤੂੰ ਵੀ ਜੇ ਖੜਾ ਛੁਡਾਉਣਾ ਨਾ ਮਾਫ਼ੀ ਮੂਫ਼ੀ ਮੰਗ ਕੇ ਖੜਾ ਛੁਡਾ ਲਾ ਆਪਦਾ। ਮੈਨੂੰ ਤਾਂ ਇੰਨਾ ਨਹੀਂ ਸਮਝ ਆਉਂਦੀ ਇਹ ਕਰਦੇ ਕੀ ਫਿਰਦੇ ਨੇ, ਮੈਨੂੰ ਤਾਂ ਦਿਮਾਗ ਖਰਾਬ ਹੋ ਗਿਆ ਇਹਨਾਂ ਦਾ, ਕਿੱਧਰ ਤੇ ਕਿੱਧਰ ਚੱਕ ਕੇ ਲੋਕਾਂ ਨੂੰ ਫੜਾਈ ਜਾਂਦੇ ਨੇ। ਦਿਮਾਗ ਖਰਾਬ ਤਾਂ ਤੇਰਾ ਹੋ ਗਿਆ, ਨਾਲ ਸਾਡਾ ਵੀ ਕਰਤਾ। ਸਾਗਰ ਬਾਈ ਮੈਂ ਮਾਫ਼ੀ ਮੰਗਦਾ ਤੈਥੋਂ, ਭੈਣੇ ਨਾਲੇ ਤੈਥੋਂ ਮਾਫ਼ੀ ਮੰਗਦਾ ਮੈਂ। ਮੈਥੋਂ ਤਾਂ ਬਾਈ ਬਾਹਲੀ ਵੱਡੀ ਗਲਤੀ ਹੋ ਗਈ, ਨਾਲੇ ਮੇਰੀ ਬੇਬੇ ਤੋਂ ਹੋ ਗਈ, ਸਾਨੂੰ ਮਾਫ਼ ਕਰ ਦਿਓ ਬਾਈ।
ਸਤਿ ਸ਼੍ਰੀ ਅਕਾਲ ਭੂਆ। ਪਤਾ ਗੱਲ ਕੀ ਹੈ ਭੂਆ, ਜੇ ਮੈਂ ਉਹਨਾਂ ਸਾਹਮਣੇ ਤੈਨੂੰ ਭੂਆ ਕਹਿ ਦਿੰਦਾ ਨਾ, ਫਿਰ ਹੋਰ ਪੰਗਾ ਪੈ ਜਾਣਾ ਸੀ। ਇਹ ਐਂ ਕਹਿ ਦਿੰਦੇ ਵੀ ਹੌਲਦਾਰ ਤਾਂ ਇਹਨਾਂ ਦਾ ਰਿਸ਼ਤੇਦਾਰ ਸੀ, ਵੀ ਤਾਂ ਤੱਕ ਕਰਦੇ ਸਾਡੇ ਨਾਲ। ਮੈਂ ਤਾਂ ਇਹਨਾਂ ਤੋਂ ਮਿੰਟਾਂ ਮੁੰਟਾਂ ਕਰਕੇ ਖੜਾ ਛਡਾਇਆ ਗਾ, ਨਹੀਂ ਤਾਂ ਮੇਰੀ ਨੌਕਰੀ ਨੂੰ ਖਤਰਾ ਹੋ ਜਾਣਾ ਸੀ। ਅੱਛਾ ਪੁੱਤ, ਇਹਨੂੰ ਪਤਾ ਨਹੀਂ ਕੀ ਨਾ ਕਹਿਤਾ ਵੀ ਇਹ ਉਹੀ ਸਾਗਰ ਹੈ, ਤਾਂ ਪੁੱਤ ਅਸੀਂ ਤੇਰੇ ਕੋਲ ਦਰਖਾਸਤ ਦਿੱਤੀ ਸੀ। ਮੈਨੂੰ ਕੀ ਪਤਾ, ਉਹ ਮੰਗਾ ਤੇ ਮੇਜਰ ਮਰ ਗਏ ਕੰਜਰ, ਮੈਨੂੰ ਤਾਂ ਉਹਨਾਂ ਨੇ ਕਹਿਤਾ ਵੀ ਆਹੀ ਹੈ ਸਾਗਰ। ਉਹ ਤਾਂ ਤੈਨੂੰ ਉਹੀ ਰੋੜ ਗਏ ਬਾਈ। ਫਿਰ ਬਾਈ ਤੂੰ ਸਾਡਾ ਰਿਸ਼ਤੇਦਾਰ ਹੈ? ਨਹੀਂ ਹੋਰ, ਉਹ ਮੇਰੇ ਚਾਚੇ ਦਾ ਮੁੰਡਾ ਨੀ ਨਛਿੱਤਰ, ਤੇਰਾ ਮਾਮਾ, ਉਹਦਾ ਮੁੰਡਾ ਇਹ। ਅੱਛਾ ਅੱਛਾ, ਬੇ ਬਾਈ ਤੈਨੂੰ ਕੀ ਲੋੜ ਤੀ ਇਹਨਾਂ ਨੇ ਪਿੱਛੇ ਲੱਗ ਕੇ ਉਹਨੂੰ ਚੱਕ ਕੇ ਲਿਜਾਣ ਦੀ? ਉਹ ਭਾਬੀ, ਮੈਨੂੰ ਤਾਂ ਐਂ ਸੀ ਵੀ ਉਹੀ ਸਾਗਰ ਇਹ, ਮੈਂ ਚੱਲ ਥਾਣੇ ਲਿਜਾ ਕੇ ਇਹਦਾ ਆਟੋਗ੍ਰਾਫ ਲਵਾਂਗੇ, ਨਾਲੇ ਫੋਟੋਆਂ ਫੋਟੋਆਂ ਕਰਾ ਲਾਂਗੇ। ਨਾ, ਆਟੋਗ੍ਰਾਫ ਥਾਣੇ ਲਿਜਾ ਕੇ ਵਾਲਾ ਦਿੱਤਾ ਜਾਂਦਾ ਤੀ, ਘਰ ਹੀ ਲੈ ਲੈਂਦਾ ਆਟੋਗ੍ਰਾਫ। ਤੈਨੂੰ ਪਤਾ ਭਾਬੀ, ਸਾਡੇ ਪੁਲਿਸ ਮਹਿਕਮੇ ਥੋੜ੍ਹਾ ਜਿਹਾ ਹੋਰ ਹਿਸਾਬ ਕਿਤਾਬ ਵੀ ਹੁੰਦਾ ਹੈ। ਚੱਲ ਚੰਗਾ ਬਾਈ ਯਾਰ, ਖੜਾ ਛੁੱਟਿਆ ਉਹਨਾਂ ਤੋਂ। ਚਾਹ ਪੀ ਕੇ ਭਗ ਜੀ ਮਿੰਦਰ ਪੁੱਤ। ਨਾ ਬਸ ਭੂਆ, ਫੇਰ ਪੀਊਂਗਾ ਚਾਹ ਕਦੇ। ਚੱਲ ਰੱਬ ਦਾ ਸ਼ੁਕਰ ਹੈ ਉਹਨਾਂ ਤੋਂ ਖੜਾ ਛੁੱਟ ਗਿਆ। ਦੇਖ ਲੈ ਸੁਖਪਾਲ, ਸਮਝ ਜਾ ਹਜੇ ਵੀ ਤੇਰੀ ਜਿੱਦ ਨੇ ਕੀ ਕੁਛ ਕਰਾਤਾ। ਦੇਖ ਲੈ ਲੈ, ਮੇਰੀ ਜਿੱਦ ਨੇ ਕੀ ਕਰਾਤਾ, ਤੁਹਾਡੇ ਮਾਂ ਪੁੱਤਾਂ ਦੀ ਜਿੱਦ ਨੇ ਕਰਾਇਆ। ਮੈਂ ਤਾਂ ਕਹਿੰਦੀ ਹਾਂ ਹਜੇ ਵੀ ਜਿੱਦ ਛੱਡ ਦਿਓ ਤੁਸੀਂ, ਲੈ ਲੈਣੇ ਆਪਾਂ ਕਾਰ। ਲੈ ਦੱਸ। ਨਾ ਨਾ, ਕਾਰ ਤਾਂ ਨਹੀਂ ਮੈਂ ਤੈਨੂੰ ਲੈ ਕੇ ਦੇ ਸਕਦਾ, ਇਹ ਮੈਂ ਤੈਨੂੰ ਦੱਸਦਾ ਫਿਰ। ਚੱਲ ਕੋਈ ਗੱਲ ਨਹੀਂ, ਫਿਰ ਕੋਈ ਨਾ। ਅਸੀਂ ਤਾਂ ਇਹੀ ਸੱਦਿਆ ਬੇਬੇ ਤੁਹਾਨੂੰ, ਜਾਂ ਤਾਂ ਇਹਨੂੰ ਸਮਝਾ ਕੇ ਜਾਓ, ਨਹੀਂ ਨਾਲ ਲੈ ਜਾਓ ਇਹਨੂੰ, ਸਾਨੂੰ ਬਹੁਤ ਠਿੱਠ ਕਰਿਆ ਹੋਇਆ ਇਹਨੇ। ਸੁਖਪਾਲ ਪੁੱਤ, ਅੱਖੇ ਲੱਗੇ ਤਾਂ ਹੁੰਦੇ, ਤੂੰ ਅੱਖੇ ਕਿਉਂ ਨਹੀਂ ਲੱਗਦੀ? ਇਹਦਾ ਮਤਲਬ ਤੂੰ ਮੇਰੀ ਇੱਜ਼ਤ ਨਹੀਂ ਕਰਦੀ? ਤੂੰ ਮੇਰੀ ਆਈ ਦੀ ਇੱਜ਼ਤ ਵੀ ਨਹੀਂ ਰੱਖੀ, ਮੈਂ ਉਹਦੇ ਕਿੰਨਾ ਮੱਥਾ ਮਾਰ ਕੇ ਗਈ ਸੀ ਤੇਰੇ ਨਾਲ। ਨਾ ਨਾ ਭੈਣੇ ਨਾ, ਤੇਰੀ ਕਿਹੜੀ ਇੱਜ਼ਤ ਰੱਖੀ ਇਹਨੇ, ਦੋ ਦਿਨ ਠੀਕ ਰਹੀ ਫੇਰ ਉਹੀ ਕੰਮ ਕਰਤਾ ਇਹਨੇ ਤਾਂ ਸ਼ੁਰੂ। ਦੇਖ ਲੈ ਆਹ ਕੁਛ ਹੋ ਗਿਆ, ਲੈ ਜਿਹੜਾ ਤੁਹਾਨੂੰ ਦੱਸ ਕੇ ਹਟਿਆ ਸੀ ਤਾਂ, ਹੋਰ ਹੀ ਕਿਸੇ ਨੂੰ ਫੜਾ ਬੈਠੇ ਸਾਗਰ ਦੇ ਭੁਲੇਖੇ। ਲੈ ਦੱਸ ਸੁਖਪਾਲ, ਕਿੱਡਾ ਵੱਡਾ ਪੰਗਾ ਖੜਾ ਕਰਤਾ ਸੀ ਤੂੰ, ਮਾੜਾ ਮੋਟਾ ਅਕਲ ਤੋਂ ਕੰਮ ਕਿਉਂ ਨਹੀਂ ਲੈਂਦੀ ਤੂੰ? ਅਕਲ ਤੋਂ ਕੰਮ ਨਹੀਂ ਲੈਂਦੀ ਹੈਗੀ, ਮੈਂ ਪੰਗਾ ਖੜਾ ਕੀ ਕਰਦਾ ਤੀ? ਪੰਗਾ ਤਾਂ ਇਹਨਾਂ ਨੇ ਪਵਾਇਆ ਜਾਣ ਬੁੱਝ ਕੇ, ਇਹਨੇ ਉਹੀ ਦਰਖਾਸਤ ਦਿੱਤੀ ਉਹਦੇ ਤੇ ਸਾਗਰ ਤੇ, ਚੱਕ ਕੇ ਠਾਣੇ ਫਸਾਤਾ ਉਹ। ਹੋਰ ਕੀ ਕਰਨ ਪੁੱਤ ਵਿਚਾਰੇ, ਤੂੰ ਤਾਂ ਜਿੱਦ ਕਰੀ ਬੈਠੀ ਸੀ। ਬੇਬੇ ਮੈਨੂੰ ਨਹੀਂ ਪਤਾ, ਫਿਰ ਮੈਂ ਤਾਂ ਅੰਡੀਕਾ ਲੈਣੀ ਲੈਣੀ ਹੈਗੀ, ਮੈਂ ਚਲਾਉਣੀ ਸਿੱਖਣੀ ਆ, ਮੈਂ ਤਾਂ ਲਾਉਂਗੀ ਅੰਡੀਕਾ। ਤੂੰ ਤਾਂ ਅੱਖੇ ਨਹੀਂ ਲੱਗਦੀ ਪੁੱਤ, ਫਿਰ ਤੂੰ ਨਹੀਂ ਅੱਖੇ ਲੱਗਦੀ। ਮੈਂ ਨਹੀਂ ਆਖੇ ਲੱਗਦੀ, ਮੈਨੂੰ ਐਮਰਜੈਂਸੀ ਹੈ, ਮੈਂ ਤਾਂ ਗੱਡੀ ਸਿੱਖਣੀ ਸਿੱਖਣੀ। ਤੁਸੀਂ ਤਾਂ ਮੈਨੂੰ ਕਹਿਦਾ ਨਹੀਂ, ਉਹ ਚੱਕ ਕੇ ਮੂੰਹ ਦੋਨੇ ਜਣੀਆਂ, ਪਹਿਲਾਂ ਨੂੰਹ ਆ ਗਈ ਹੁਣ ਸੱਸ ਆ ਗਈ, ਦੋਨੇ ਜਣੀਆਂ ਮੈਨੂੰ ਨਹੀਂ ਕਹਿਦਾ ਨਹੀਂ, ਇਹਨਾਂ ਤਾਂ ਕੁਛ ਕਹਿੰਦੇ ਨਹੀਂ ਹੈਗੇ। ਲੈ ਐਮਰਜੈਂਸੀ ਨੂੰ ਬੜਾ ਇਹਨੇ ਚੰਡੀਗੜ੍ਹ ਜਾਣਾ ਹੁੰਦਾ, ਦੇਖ ਲੈ ਉਹ ਵੱਗ ਗਈ ਉੱਠ ਕੇ। ਆਖੇ ਲੱਗਦੀ ਪੁੱਤ, ਕੀ ਕਰੀਏ ਬੇਬੇ, ਚੱਲ ਚੱਲੀਏ ਫਿਰ, ਇਹ ਤਾਂ ਆਖੇ ਲੱਗਦੀ, ਆਪਣੇ ਤਾਂ ਬੱਸੋਂ ਬਾਹਰ ਹੈ ਹੁਣ ਗੱਲ। ਚੰਗਾ ਪੁੱਤ, ਵੈਸੇ ਸਾਡੇ ਤਾਂ ਕਹੇ ਲੱਗਦੀ ਭਾਈ, ਬੇਬਸ ਦੀ ਗੱਲ ਹੈ ਸਾਡੇ ਤਾਂ। ਚੱਲ ਕੋਈ ਨਾ ਬੇਬੇ, ਤਾਂ ਦੇਖੀ ਖੜਿਆ ਹੁਣ, ਬੇਬਸ ਤਾਂ ਹੋ ਹੀ ਰਹੀ ਹੈ ਸਭ ਦੀ। ਚੱਲ ਬੇਬੇ ਚੱਲ। ਚੰਗਾ, ਤੁਹਾਡੇ ਵੀ ਕੀ ਸਾਰੇ ਦੀ ਗੱਲ। ਆਹ ਚਾਬੀ ਰਹਿ ਗਈ ਬੇਬੇ ਤੁਹਾਡੀ। ਲੈ ਉਹ ਵੀ ਉਹ ਤੁਰ ਗਈਆਂ, ਹੁਣ ਪੁੱਤ ਕੌਣ ਸਮਝਾਊ ਇਹਨੂੰ? ਹੁਣ ਮੈਂ ਹੀ ਸਮਝਾਊ ਇਹਨੂੰ ਬੇਬੇ, ਮੈਨੂੰ ਹੀ ਸਮਝਾਉਣਾ ਪਊਗਾ।
ਸੁਪਾਲ ਰੋਟੀ ਲਾ ਦੇ ਮੈਨੂੰ, ਮੈਂ ਜਾਣਾ ਖੇਤ। ਮੈਂ ਤਾਂ ਲੈਂਦੀ ਨਹੀਂ ਹੈਗੀ। ਤੂੰ ਐਂ ਤਾਂ ਦੱਸਦੇ ਹੁਣ ਚਾਹੁੰਦੀ ਕੀ ਹੈ? ਚਾਹੁੰ ਨੂੰ ਤੈਨੂੰ ਕੀ ਪਤਾ ਨਹੀਂ, ਤੈਨੂੰ ਪਤਾ ਹੀ ਹੈ ਸਾਰਾ ਪਤਾ ਤੈਨੂੰ। ਚੱਲ ਠੀਕ ਹੈ ਫਿਰ। ਚੱਲ ਸ਼ੁਕਰ ਹੈ ਪੁੱਤ ਜਿਹੜੀ ਇਹਨੇ ਜਿੱਦ ਛੱਡਤੀ। ਬਸ ਦੋ ਚੀਜ਼ਾਂ ਇਹ ਜ਼ਿੰਦਗੀ ਭਰ ਨਹੀਂ ਭੁੱਲਦੀ ਬੇਬੇ, ਸਾਗਰ ਦੀ ਵਹੁਟੀ ਅਤੇ ਜੱਸੇ ਦੀ ਸੋਟੀ। ਸਹੀ ਗੱਲ ਹੈ ਪੁੱਤ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਹਰਜਿੰਦਰ ਕੌਰ ਜਰਮਨੀ, ਹਰਜੀਤ ਸਿੰਘ ਮਲਕਪੁਰ, ਰਮਨਜੀਤ ਕੌਰ ਸਕੋਟਲੈਂਡ, ਨਵਰਾਜ ਬਾਠ ਤਰਨ ਤਾਰਨ, ਮਨਜਿੰਦਰ ਕੌਰ ਪਰਵਾਣੂ, ਨੈਨਸੀ ਧੂਰੀ, ਸੁਖਦੇਵ ਸਿੰਘ ਭੁੱਚੋ ਮੰਡੀ, ਰਣਵੀਰ ਲੰਬੀ, ਅਨੂਧਵਨ ਫਿਰੋਜ਼ਪੁਰ, ਗੁਲਾਬ ਢਿੱਲੋਂ ਅਤੇ ਸੰਧੂ ਕਨੇਡਾ, ਸੁਖਦੇਵ ਕੌਰ ਫਤਿਹਗੜ੍ਹ ਸਾਹਿਬ, ਰਾਜ ਸਿੱਧੂ ਫਾਜ਼ਿਲਕਾ, ਸੁਰਿੰਦਰ ਸ਼ਰਮਾ ਸੰਗਰੂਰ, ਰਾਘਵ ਅਰੋੜਾ ਅੰਮ੍ਰਿਤਸਰ, ਕਰਮਨ ਸਿੰਘ ਖੇੜੀ ਭੀਮਾ। ਮਿਹਰਬਾਨੀ ਜੀ, ਸ਼ੁਕਰੀਆ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਬਹੁਤ ਬਹੁਤ ਧੰਨਵਾਦ ਹੈ, ਇੰਨਾ ਤੁਸੀਂ ਪਿਆਰ ਦੇ ਰਹੇ ਹੋ ਪੇਂਡੂ ਵਿਰਸਾ ਨੂੰ। ਰੋਟੀ ਨਹੀਂ ਖਾਂਦੇ ਪੇਂਡੂ ਵਿਰਸਾ ਦੇਖੇ ਬਿਨਾਂ, ਇਹ ਪਿਆਰ ਹੀ ਹੈ ਤੁਹਾਡਾ। ਮਿਹਰਬਾਨੀ ਜੀ, ਸ਼ੁਕਰੀਆ, ਬਾਕੀ ਪਰਮਾਤਮਾ ਦੀ ਮਿਹਰ ਹੈ। ਪੇਂਡੂ ਵਿਰਸਾ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਦਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।